ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਵਾਹਿ ਗੁਰੂ, ਵਾਹਿ ਗੁਰੂ। ਕਰੋ ਨੇਤਰ ਬੰਦ, ਵਾਹ ਵਾਹ।
ਰੀੜ ਦੀ ਹੱਡੀ ਕਰ ਲਓ ਸਿੱਧੀ। ਜੋ ਜਪ ਰਹੇ ਹੋ ਉਹਨੂੰ ਸੁਣੋ, ਕੇਵਲ ਤੁਸੀਂ ਤੇ ਤੁਹਾਡਾ ਪਿਆਰਾ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। ਜੇ ਬਾਹਰ ਧਿਆਨ ਜਾਏ, ਮੁੜ ਵਾਹਿਗੁਰੂ ਸ਼ਬਦ 'ਚ ਲਾ ਦਿਓ। ਇਹੀ ਅਭਿਆਸ ਹੈ, ਇਹੀ ਕਮਾਈ ਹੈ। ਗੁਰੂ ਦੀ ਗੋਦੀ 'ਚ ਬਹਿ ਕੇ ਗੁਰਸਿੱਖੋ, ਨਾਮ ਧਨ ਕਮਾਵੋ। Bye.
ਸਦਕੇ ਹਾਂ ਸਦਕੇ ਹਾਂ ਸਦਕੇ ਤਿੰਨਾ ਗੁਰ ਸਿੱਖਾਂ ਸਦਕੇ ਹਾਂ ਸਦਕੇ
ਸਦਕੇ ਤਿੰਨਾ ਗੁਰ ਸਿੱਖਾ, ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ, ਗੁਰ ਸਿੱਖ ਦੇ ਹੋ ਸਦਕੇ ਤਿੰਨਾ ਗੁਰ ਸਿੱਖਾ, ਹੋ ਬਾਹਰ ਜਾਂਦਾ ਵਰਜ ਰਹਾਇਆ, ਬਾਹਰ ਹੋ ਸਦਕੇ ਤਿੰਨਾ ਗੁਰ ਸਿੱਖਾ, ਹੋ ਆਸਾ ਵਿੱਚ ਨਿਰਾਸ ਬਲਾਇਆ, ਆਸਾ ਵਿੱਚ ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ, ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ, ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ, ਸਤਿਗੁਰ ਦਾ ਉਪਦੇਸ਼ ਸਦਕੇ ਤਿੰਨਾ ਗੁਰ ਸਿੱਖਾ, ਸਦਕੇ ਆ ਸਦਕੇ ਤਿੰਨਾ ਗੁਰ ਸਿੱਖਾ, ਆ ਸਦਕੇ ਆ ਸਦਕੇ ਆ ਸਦਕੇ ਤਿੰਨਾ ਗੁਰ ਸਿੱਖਾ, ਆ ਸਦਕੇ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਹਾਂ ਸਦਕੇ ਹਾਂ ਸਦਕੇ ਤਿੰਨਾ ਗੁਰਸਿੱਖਾਂ, ਤਿੰਨਾ ਗੁਰ ਸਿੱਖਾਂ। ਭਾਈ ਗੁਰਦਾਸ ਜੀ ਦੀ ਪੌੜੀ, ਸਤਿਗੁਰੂ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ, ਬੜੀ ਪਿਆਰੀ ਪੌੜੀ ਹੈ ਸਤਸੰਗ, ਪਰ ਬੜਾ ਕੁਝ ਸਾਨੂੰ ਸਿਖਾ ਕੇ ਜਾ ਰਹੀ ਹੈ ਇਹ ਪੌੜੀ, ਬੜਾ ਕੁਝ ਜੀਵਨ ਜਿਉਣ ਦੀ ਜਾਂਚ, ਕਿਹੜੇ ਕਿਹੜੇ ਸਟੈਪ ਤੇ ਪੈਰ ਰੱਖ ਕੇ ਅਸੀਂ ਮੰਜ਼ਿਲ ਤੱਕ ਪਹੁੰਚਣਾ, ਆ ਇਹ ਪੌੜੀ ਸਾਨੂੰ ਰਸਤਾ ਦੇ ਰਹੀ। ਅੱਜ ਚੌਥਾ ਦੀਵਾਨ, ਪਹਿਲਾ ਦੀਵਾਨ ਸੱਚੇ ਪਾਤਸ਼ਾਹ ਨੇ ਸੇਵਾ ਲਈ, ਹਉ ਸਦਕੇ ਤਿੰਨਾ ਗੁਰ ਸਿੱਖ, ਸਤਿਗੁਰ ਨੂੰ ਮਿਲ ਆਪ ਗਵਾ। ਦੂਜੇ ਦੀਵਾਨ ਦੀ ਸੇਵਾ ਲਈ ਮਹਾਰਾਜ ਨੇ, ਹਉ ਸਦਕੇ ਤਿੰਨਾ ਗੁਰ ਸਿੱਖਾਂ, ਕਰਨ ਉਦਾਸੀ ਅੰਦਰ। ਤੀਜਾ ਦੀਵਾਨ ਸੀ, ਹਉ ਸਦਕੇ ਤਿੰਨਾ ਗੁਰ ਸਿੱਖਾਂ, ਗੁਰਮਤ ਗੁਰ ਚਰਣੀ ਚਿਤ ਲਾਇ। ਤੇ ਅੱਜ ਸਤਿਗੁਰ ਸਿਰ ਤੇ ਹੱਥ ਰੱਖਣ, ਤੁਸੀਂ ਅਸੀਸ ਬਖਸ਼ੋ।
ਅੱਜ ਚੌਥਾ ਦੀਵਾਨ ਸਾਧ ਸੰਗਤ ਬੜੀ ਪਿਆਰੀ ਅਵਸਥਾ ਹੈ, ਬੜੀ ਪਿਆਰੀ। ਔਰ ਮੰਗੋ, ਇਹ ਮੰਗਤੇ ਬਣ ਕੇ ਮੰਗੋ ਸੱਚੇ ਪਾਤਸ਼ਾਹ, ਮੇਰੀ ਵਾਰੀ ਕਦੋਂ ਆਏਗੀ, ਮੈਂ ਇਸ ਪੌੜੀ 'ਤੇ ਕਦੋਂ ਖੜਾ ਹੋਵਾਂਗਾ। ਗੁਰਸਿੱਖ ਦੇ ਗੁਰਸਿੱਖ ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹੇਗਾ। ਜਿਤਨਾ ਮਰਜ਼ੀ ਕੋਈ ਵੱਡੀ ਸਟੇਜ 'ਤੇ ਪਹੁੰਚ ਜਾਵੇ, ਵੱਡੀ ਅਵਸਥਾ 'ਤੇ ਪਹੁੰਚ ਜਾਵੇ, ਬ੍ਰਹਮ ਗਿਆਨੀ ਕਿਉਂ ਨਾ ਬਣ ਜਾਵੇ। ਸਿੱਖ ਲਫ਼ਜ਼ ਬਣਿਆ ਹੀ ਸਿੱਖਣ ਵਾਸਤੇ। ਸਾਹਿਬ ਨੇ ਕਿਸੇ ਹੋਰ ਚੀਜ਼ ਦੀ ਚੋਣ ਨਹੀਂ ਕੀਤੀ ਕਿਸੇ ਹੋਰ ਲਫ਼ਜ਼ ਦੀ, ਦੇਖੋ ਲਫ਼ਜ਼ ਵੀ ਕੀ ਚੋਣ ਕੀਤੀ, ਸਿੱਖ। ਅਖੀਰਲੇ ਸਵਾਸਾਂ ਤੱਕ ਤੂੰ ਸਿੱਖਣਾ। ਪਰ ਕਈ ਵਾਰੀ ਹੁੰਦਾ ਸਿੱਖ ਸਿੱਖ ਕੇ, ਕੁਝ ਐਸੇ ਸਿੱਖ ਹੁੰਦੇ ਨੇ ਜਿਹੜੇ ਬਹੁਤ ਅੱਗੇ ਪਹੁੰਚ ਗਏ, ਤੇ ਜਿਹੜੇ ਨੀਚਲੀ ਕਲਾਸ 'ਚ ਬੈਠੇ ਨੇ ਫਿਰ ਉਹਨਾਂ ਨੂੰ ਉਹ ਸਿੱਖਿਆ ਦੇ ਦੇ ਕੇ ਉੱਪਰ ਲੈ ਕੇ ਜਾਂਦੇ ਨੇ। ਆਖੋ ਸਤਨਾਮ। ਜਿਹੜੇ ਮਾਸਟਰ ਨੇ ਅੱਜ ਦੇ, ਇਹ ਕਦੇ ਸਿੱਖਿਆਰਥੀ ਸਨ ਨਾ, ਕਦੇ ਇਹ ਵੀ ਸਿੱਖਦੇ ਸਨ, ਕਦੇ ਇਹ ਵੀ ਸਟੂਡੈਂਟ ਸਨ। ਸਟੂਡੈਂਟ ਸਿੱਖਦਾ ਗਿਆ, ਪੜ੍ਹਦਾ ਗਿਆ, ਪੜ੍ਹਦਾ ਗਿਆ, ਅੱਜ ਮਾਸਟਰ ਬਣ ਗਿਆ, ਪੜ੍ਹਾਉਣ ਵਾਲਾ ਬਣ ਗਿਆ। ਪਰ ਉਹਨੂੰ ਪੁੱਛੋ ਤੇਰੀ ਵਿੱਦਿਆ ਮੁਕੰਮਲ ਹੋ ਗਈ, ਉਹ ਕਹਿੰਦਾ ਨਹੀਂ, ਹਾਲੇ ਹੋਰ ਸਿੱਖਣਾ ਹੈ। ਤੋ ਸਤਨਾਮ। ਪਰ ਸਿਖਾਉਣ ਵਾਲਾ ਬਣ ਗਿਆ। ਬਸ ਆਹ ਪੰਗਤੀ ਇਹੀ ਬਖਸ਼ਿਸ਼ ਕਰਦੀ ਹੈ। ਸਿਖਾਏਗਾ ਉਹ ਜਿਹੜਾ ਪਹਿਲੇ ਆਪ ਸਿੱਖਿਆ ਹੋਵੇ, ਮਿਲਾਏਗਾ ਉਹ ਜਿਹੜਾ ਪਹਿਲੇ ਆਪ ਮਿਲਿਆ ਹੋਵੇ। ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰੂ ਦੀ ਸਿੱਖਿਆ ਦੇ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਟੁੱਟੇ ਨੂੰ, ਇਹ ਹੈ ਗੁਰਸਿੱਖ ਦਾ ਕੰਮ। ਤੇ ਅੱਜ ਅਰਦਾਸ ਕਰੋ ਸੱਚੇ ਪਾਤਸ਼ਾਹ, ਉਹ ਦਿਹਾੜਾ ਕਦੋਂ ਆਏਗਾ ਜਦੋਂ ਇਹ ਸੇਵਾ ਤੁਸੀਂ ਮੇਰੇ ਕੋਲੋਂ ਲਓਗੇ। ਆਖੋ ਸਤਨਾਮ। ਉਹ ਦਿਹਾੜਾ ਕਦੋਂ ਆਏਗਾ ਮੇਰੇ ਜੀਵਨ ਦੇ ਵਿੱਚ ਜਦੋਂ ਆ ਇਹ ਪਿਆਰੀ ਅਵਸਥਾ ਦੇ ਉੱਪਰ ਮੈਂ ਪੈਰ ਰੱਖਾਂਗਾ, ਇਹ ਪਿਆਰੀ ਅਵਸਥਾ ਮੈਨੂੰ ਮਿਲੇ, ਤੇ ਇਸ ਅਵਸਥਾ ਦੇ ਸਦਕਾ ਮੇਰੇ ਰਾਹੀਂ ਵੀ ਤੁਸੀਂ ਬਖਸ਼ਿਸ਼ ਕਰੋ, 5-7-10 ਸਰੀਰ ਜੁੜ ਸਕ। ਆ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਹਾਂ ਸਦਕੇ, ਕਹਿੰਦੇ ਮੈਂ ਸਦਕੇ ਘੋਲੀ ਘੋਲੀ ਜਾਵਾਂ ਉਹਨਾਂ ਤੋਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਜਿਨ੍ਹਾਂ ਦਾ ਮਕਸਦ ਹੀ ਇਹ ਰਹਿੰਦਾ ਕਿ ਇਹਨੂੰ ਗੁਰੂ ਦੀ ਸਿੱਖਿਆ ਸੁਣਾ ਕੇ, ਗੁਰੂ ਦੀ ਸਿੱਖਿਆ ਨਾਲ ਜੋੜ ਕੇ, ਗੁਰੂ ਚਰਨਾਂ ਦੇ ਨਾਲ ਜੋੜਦਿਆਂ, ਗੁਰੂ ਨਾਲ ਇਹਨੂੰ ਵੀ ਗੰਢਦਿਆਂ, ਅੰਮ੍ਰਿਤ ਵੇਲੇ ਨਾਲ ਗੰਢਦਿਆਂ, ਅੰਮ੍ਰਿਤ ਬਾਣੀ ਨਾਲ ਗੰਢਦਿਆਂ, ਅੰਮ੍ਰਿਤ ਨਾਲ ਗੰਢਦਿਆਂ, ਤਾਂ ਕਿਧਰੇ ਇਹਦਾ ਵੀ ਭਲਾ ਹੋ ਜਾਵੇ। ਆਖੋ ਸਤਨਾਮ। ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ। ਹਾਂ ਸਦਕੇ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ।
ਹਾਂ ਸਦਕੇ ਹਾਂ ਸਦਕੇ ਤਿੰਨਾ ਗੁਰ ਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਆਪ ਦ੍ਰਿੜੈ ਅਵਰੈ ਨਾਮ ਜਪਾਵੈ 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 ਇਸ ਪੰਕਤੀ ਦੇ ਵਿੱਚੋਂ ਤੁਹਾਨੂੰ ਖੁਸ਼ਬੂ ਆਏਗੀ ਆਪ ਦ੍ਰਿੜੈ ਪਹਿਲੇ ਗੁਰੂ ਦੀ ਸਿੱਖਿਆ ਨੂੰ ਆਪ ਦ੍ਰਿੜ ਕਰਦਾ ਗੁਰਸਿੱਖ ਆਪ ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਦਾ ਆਪ ਕਮਾਉਂਦਾ ਆਪ ਚੱਲਦਾ ਫਿਰ ਆਪ ਦ੍ਰਿੜੈ ਅਵਰੈ ਨਾਮ ਫਿਰ ਦੂਜਿਆਂ ਨੂੰ ਜੋੜਨ ਵੱਲ ਲੱਗਦਾ ਆਪ ਦ੍ਰਿੜੈ ਅਵਰੈ ਨਾਮ ਜਪਾਵੈ 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 ਨਾਨਕ ਓ ਵੈਸਨੋ ਪਰਮ ਗਤ ਪਾਵੈ 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 ਹਾਂਜੀ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਆਪ ਦ੍ਰਿੜੈ ਕਵਾਂਗੇ ਨਾ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰਸਿੱਖ ਗੁਰਸਿੱਖ ਮਿਲਾਇਆ ਵਾਹਿਗੁਰੂ 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 ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਜਨ ਨਾਨਕ ਧੂੜ ਮੰਗੇ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਜੋ ਆਪ ਜਪੈ ਅਵਰੈ ਨਾਮ
ਦੇ ਗੁਰ ਸਿੱਖ ਮੰਗੋ ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ ਸਦਕੇ ਤਿੰਨਾਂ ਗੁਰਸਿੱਖ ਗੁਰਸਿੱਖ ਦੇ ਗੁਰਸਿੱਖ ਮਿਲਾ ਪਹਿਲੇ ਆਪ ਸਿੱਖੀ ਨੂੰ ਕਮਾਇਆ ਪਹਿਲੇ ਆਪ ਗੁਰੂ ਦੀ ਸਿੱਖਿਆ ਦੇ ਧਾਰਨੀ ਬਣੇ ਧਾਲਣਾ ਧਾਲੀ ਫਿਰ ਸੇਵਾ ਦੇ ਵਿੱਚ ਨਿਕਲੇ ਨੇ ਆਖੋ ਸਤਨਾਮ ਅੱਜ ਬਹੁਤਾਤ ਗਿਣਤੀ ਸਾਧ ਸੰਗਤ ਕਿਸ ਚੀਜ਼ ਦੀ ਹੈ ਥੋੜਾ ਜਿਹਾ ਗਿਆਨ ਆ ਗਿਆ ਧਿਆਨ ਦੇਣਾ ਥੋੜੀ ਜਿਹੀ ਵਿਦਵਤਾ ਆ ਗਈ ਜਾਂ ਇਉਂ ਕਹਿ ਲਓ ਅੰਮ੍ਰਿਤ ਵੇਲਾ ਨਵਾਂ ਨਵਾਂ ਸ਼ੁਰੂ ਹੋਇਆ ਨਾ ਜਾਗਣਾ ਬੰਦਾ ਸੋਚਦਾ ਬਸ ਮੈਂ ਪਾ ਲਿਆ ਜੀ ਫਿਰ ਦੂਜੇ ਤੀਜੇ ਚੌਥੇ ਪੰਜਵੇਂ ਨੂੰ ਉਪਦੇਸ਼ਕ ਬਣ ਕੇ ਉਪਦੇਸ਼ ਕਰਨਾ ਸ਼ੁਰੂ ਕਰ ਦਿੰਦਾ ਆਖੋ ਸਤਨਾਮ ਸਾਹਿਬ ਕਹਿੰਦੇ ਪਹਿਲੇ ਸਾਧਕ ਬਣ ਆਪ ਸਾਧਨਾ ਕਰ ਥੋੜਾ ਜਿਹਾ ਗਿਆਨ ਆ ਜਾਂਦਾ ਬਸ ਇੱਦਾਂ ਨਹੀਂ ਇੱਦਾਂ ਇੱਦਾਂ ਨਹੀਂ ਔਰ ਫਿਰ ਸੁਣਾਉਂਦਾ ਉਹਨੂੰ ਹੈ ਜਿੱਥੇ ਪਤਾ ਹੈ ਕਿ ਅੱਗੋਂ ਜਵਾਬ ਨਹੀਂ ਆਉਣਾ ਜੋ ਕੱਚਾ ਪੱਕਾ ਸੁਣਾ ਦਿਆਂਗਾ ਇੱਥੋਂ ਕਿਹੜਾ ਜਵਾਬ ਆਉਣਾ ਮੈਨੂੰ ਆਉਂਦਾ ਇੱਦਾਂ ਹੀ ਹੈ ਇੱਦਾਂ ਹੀ ਬੰਦਾ ਕਦੇ ਵੀ ਉੱਥੇ ਨਹੀਂ ਸੁਣਾਏਗਾ ਜਿੱਥੇ ਪਤਾ ਹੈ ਨਾ ਮੇਰੇ ਤੋਂ ਵਿਦਵਤਾ ਵਾਲੇ ਬੈਠੇ ਹੋਏ ਨੇ ਪਰ ਭਾਈ ਗੁਰਦਾਸ ਜੀ ਕਹਿੰਦੇ ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵੱਲ ਬੜੀ ਮਹਾਨ ਕਿਰਪਾ ਸੀ ਸਾਧ ਸੰਗਤ ਬੜੀ ਮਹਾਨ ਇਹਨਾਂ ਦੇ ਮੁਰਸ਼ਦ ਸਨ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਬੜਾ ਇਹਨਾਂ ਨੂੰ ਸਾਧ ਸੰਗਤ ਗਿਆਨ ਵੀ ਦਿੱਤਾ ਅਤੇ ਬੜਾ ਸਾਧਨਾ ਵੀ ਬੜੀ ਘਾਲਣਾ ਵੀ ਘਾਲਵਾਈ ਬਾਬਾ ਭਾਗ ਸਿੰਘ ਜੀ ਹਾਲੇ ਚੜ੍ਹਦੀ ਜਵਾਨੀ ਵਿੱਚ ਸਨ ਚੜ੍ਹਦੀ ਜਵਾਨੀ ਦੀ ਉਮਰ ਸੀ ਹਾਲੇ ਅਤੇ ਉਹਨਾਂ ਦੇ ਜੀਵਨ ਵਿੱਚੋਂ ਇੱਕ ਦ੍ਰਿਸ਼ਟਾਂਤ ਮਿਲਦਾ ਮੈਨੂੰ ਬੜਾ ਚੰਗਾ ਲੱਗਿਆ ਮੈਂ ਮਨ ਕੀਤਾ ਕਿ ਸੰਗਤ ਅੱਗੇ ਰੱਖਿਆ ਜਾਵੇ ਪਤਾ ਨਹੀਂ ਕੀ ਮੌਜੇ ਆਈ ਵੇਸ਼ਵਾਵਾਂ ਦੇ ਬਾਜ਼ਾਰ ਚ ਟੁੱਟ ਪਏ ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਵਿਸ਼ਵਾਵਾਂ ਦੇ ਬਾਜ਼ਾਰ 'ਚ ਤੁਰ ਪਏ ਹੁਣ ਜਦੋਂ ਉਸ ਬਾਜ਼ਾਰ ਦੇ 'ਚ ਵੜੇ ਨੇ ਸਾਰੇ ਵੇਖ ਕੇ ਰਾਣ ਇਹ ਕਿਹੜਾ ਆ ਗਿਆ ਚੋਲਾ ਜਿਹਾ ਪਾਇਆ ਸਿੱਧਰੀ ਜੀ ਪੱਗ ਬੰਨੀ ਇਹ ਨੌਜਵਾਨ ਜਿਹਾ ਮੁੰਡਾ ਭੇਖ ਤੋਂ ਤਾਂ ਕੋਈ ਸਾਧਕ ਲੱਗਦਾ ਕੋਈ ਸਾਧੂ ਲੱਗਦਾ ਇਹ ਕਿਤੇ ਤੁਰਿਆ ਆ ਰਿਹਾ ਉਸ ਥਾਂ 'ਤੇ ਪਹੁੰਚ ਕੇ ਨਾ ਇੱਕ ਕੋਠਾ ਦੇਖਿਆ ਜਿੱਥੇ ਇੱਕ ਨੌਜਵਾਨ ਕੁੜੀ ਖੜੀ ਹੋਈ ਹੈ ਹੁਣ ਉਹਨਾਂ ਦਾ ਸਾਧ ਸੰਗਤ ਉਹ ਕਿਰਤ ਹੈ ਉਹਨਾਂ ਦਾ ਧੰਦਾ ਉਹ ਆਪਣੇ ਗਾਹਕ ਨੂੰ ਉਡੀਕਦੀ ਪਈ ਬਾਬਾ
ਭਾਗ ਸਿੰਘ ਜੀ ਪੌੜੀਆਂ ਚੜ੍ਹ ਕੇ, ਪੌੜੀਆਂ ਚੜ੍ਹ ਕੇ ਨਾ ਉਸ ਕੁੜੀ ਦੇ, ਉਹ ਕੁੜੀ ਵੀ ਨੌਜਵਾਨ ਅਵਸਥਾ ਦੀ, ਕੁੜੀ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ। ਜਦੋਂ ਕੁੜੀ ਨੇ ਵੇਖਿਆ ਕਿ ਇਹ ਕੌਣ ਹੈ, ਕਹਿੰਦੇ ਇਹ ਮੇਰਾ ਗਾਹਕ ਨਹੀਂ ਹੋ ਸਕਦਾ, ਚਿਹਰੇ 'ਤੇ ਜਲਾਲ ਹੈ, ਨਾਮ ਦੇ ਝਲਕਾਰੇ ਨੇ। ਉਹ ਜੀਵਨ ਵਾਲੇ ਦਾ ਪਤਾ ਲੱਗ ਜਾਂਦਾ ਸਾਧ ਸੰਗਤ, ਜੀਵਨ ਵਾਲਾ ਕੁਝ ਵੀ ਨਾ ਬੋਲੇ ਨਾ ਖੜਾ ਹੀ ਹੋ ਜਾਵੇ ਪਤਾ ਲੱਗ ਜਾਂਦਾ, ਕਹਿੰਦੇ ਮੇਰਾ ਗਾਹਕ ਨਹੀਂ ਹੋ ਸਕਦਾ। ਬਾਬਾ ਭਾਗ ਸਿੰਘ ਜੀ ਨੇ ਬੜੀ ਮਿਹਰ ਦੀ ਨਜ਼ਰ ਪਾਈ ਉਸ ਬੀਬੀ 'ਤੇ, ਬੜੀ ਮਿਹਰ ਦੀ ਨਜ਼ਰ। ਖਾਲੀ ਇੰਨਾ ਹੀ ਕਿਹਾ, ਕਹਿੰਦੇ ਭੈਣ ਇਹ ਤੇਰੀ ਥਾਂ ਨਹੀਂ, ਆਖੋ ਸਤਨਾਮ, ਇਹ ਤੇਰੀ ਥਾਂ ਨਹੀਂ। ਬਸ ਇੰਨੀ ਸੁਣਨ ਦੀ ਦੇਰ ਸੀ ਸਾਧ ਸੰਗਤ, ਜਿਹੜੀ ਵਾਸ਼ਨਾ ਉਸ ਕੁੜੀ 'ਤੇ ਚੜ੍ਹੀ ਹੋਈ ਸੀ ਸਾਰੀ ਲੱਗ ਗਈ, ਚਰਨਾਂ 'ਤੇ ਡਿੱਗੀ। ਕਹਿੰਦੇ ਮੈਂ ਤੁਹਾਡਾ ਚਿਹਰਾ ਵੇਖਿਆ, ਤੁਹਾਡਾ ਜਾਲੋ ਜਲਾਲ ਵੇਖਿਆ, ਕਹਿੰਦੇ ਮੈਨੂੰ ਸਮਝ ਲੱਗ ਗਈ ਸੀ ਤੁਸੀਂ ਉਸ ਇਰਾਦੇ ਦੇ ਨਾਲ ਨਹੀਂ ਆਏ, ਕਹਿੰਦੇ ਤੁਸੀਂ ਭਲੇ ਪੁਰਸ਼ ਲੱਗਦੇ ਹੋ, ਸਾਧਕ ਲੱਗਦੇ ਹੋ, ਕਹਿੰਦੇ ਮੈਂ ਅੰਦਰੋਂ ਤੱਪੀ ਹੋਈ ਹਾਂ, ਗਣਕਾ ਪਾਪਣ ਵਾਂਗ, ਕਹਿੰਦੇ ਮੈਂ ਤੱਪੀ ਹੋਈ ਹਾਂ, ਅੰਦਰੋਂ ਕਲਪੀ ਹੋਈ ਹਾਂ, ਅੰਦਰੋਂ ਅਗਨ ਦੇ ਵਿੱਚ ਸੜਦੀ ਪਈ ਹਾਂ, ਪਰ ਕਰਾਂ ਕੀ, ਕੋਈ ਚਾਰਾ ਨਹੀਂ, ਕੋਈ ਕੱਢਣ ਵਾਲਾ ਨਹੀਂ ਮੈਨੂੰ ਇੱਥੋਂ। ਕਹਿੰਦੇ ਮੇਰੇ 'ਤੇ ਕਿਰਪਾ ਕਰੋ, ਕੋਈ ਤਰੀਕਾ ਬਣਾਓ ਮੈਨੂੰ ਇੱਥੋਂ ਕੱਢੋ, ਕੀ ਮੈਂ ਇਸ ਕੰਮ ਤੋਂ ਨਿਕਲ ਸਕਦੀ, ਕੀ ਮੇਰਾ ਭਲਾ ਹੋ ਸਕਦਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਕਹਿਣ ਲੱਗੇ, ਕਹਿੰਦੇ ਭੈਣੇ ਪਰਮੇਸ਼ਰ ਨੇ ਤੇਰਾ ਭਲਾ ਕਰਨ ਵਾਸਤੇ ਹੀ ਤਾਂ ਮੈਨੂੰ ਇਸ ਥਾਂ 'ਤੇ ਭੇਜਿਆ ਹੈ, ਤੇਰੇ ਭਲੇ ਵਾਸਤੇ ਹੀ ਪਰਮੇਸ਼ਰ ਨੇ ਮੈਨੂੰ ਭੇਜਿਆ, ਅਤੇ ਕਹਿੰਦੇ ਮੈਂ ਕੀ ਕਰਾਂ ਦੱਸੋ। ਕਹਿੰਦੇ ਸਭ ਤੋਂ ਪਹਿਲਾਂ ਜੇ ਬਚਨ ਮੰਨੇ, ਆਹ ਘਰ ਇਸ ਪਾਪ ਦੀ ਕਮਾਈ ਤੋਂ ਬਣਿਆ, ਕਹਿੰਦੇ ਜੀ ਮਹਾਰਾਜ, ਆਹ ਜਿੰਨਾ ਸਮਾਨ ਇਹ ਪਾਪ ਦੀ ਕਮਾਈ ਦਾ ਜੀ ਮਹਾਰਾਜ, ਇਹ ਹੋਰ ਸੁੱਖ ਸਾਧਨ ਸਾਰੇ ਜੀ ਪਾਪ ਦੀ ਕਮਾਈ ਦੇ, ਕਹਿੰਦੇ ਲੁਟਾ ਦੇ, ਲੁਟਾ ਦੇ, ਗਰੀਬਾਂ 'ਚ ਲੁਟਾ ਦੇ, ਮਕਾਨ ਵੇਚ ਦੇ, ਸਭ ਕੁਝ ਵੇਚ ਦੇ, ਲੁਟਾ ਦੇ ਗਰੀਬਾਂ ਦੇ ਵਿੱਚ, ਕਹਿੰਦੇ ਜੀ ਸੱਤ। ਉਸ ਤੋਂ ਬਾਅਦ ਕਹਿੰਦੇ ਜੰਗਲ ਦੇ ਵਿੱਚ ਜਾ, ਕੁਟੀਆ ਬਣਾ, ਕਹਿੰਦੇ ਸੇਵਾ ਦੇ ਵਿੱਚ ਲੱਗ ਜਾ, ਸੇਵਾ ਦੇ ਵਿੱਚ ਲੱਗ ਜਾ ਤੂੰ, ਪਸ਼ੂ ਪੰਛੀ ਉਹਨਾਂ ਦੀ ਸੇਵਾ ਕਰ। ਦੇਖੋ ਤਰੀਕੇ ਸਾਧ ਸੰਗਤ, ਤਰੀਕੇ ਮਹਾਂਪੁਰਖਾਂ ਦੇ ਤਾਰਨ ਦੇ। ਕਹਿੰਦੇ ਜਿਹੜੇ ਪਸ਼ੂ ਨੇ ਪੰਛੀ ਨੇ, ਉਸ ਰੱਬ ਦੇ ਬਣਾਏ ਹੋਏ ਜੀ ਨੇ, ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ, ਤੂੰ ਜਾ ਕੇ ਉਹਨਾਂ ਦੀ ਸੇਵਾ ਕਰ। ਕਹਿੰਦੇ ਜੀ ਸਤਿ ਬਚਨ। ਕਹਿੰਦੇ ਜੀ ਇਸ ਤੋਂ ਬਾਅਦ ਕਹਿੰਦੇ ਫਿਰ ਆ ਕੇ ਦੱਸਾਂਗੇ, ਕਹਿੰਦੇ ਮਹਾਰਾਜ ਤੁਸੀਂ ਕੌਣ ਹੋ, ਕਿੱਥੋਂ ਆਏ, ਮੈਂ ਕਿੱਥੇ ਲੱਭਾਂਗੀ। ਕਹਿੰਦੇ ਘਬਰਾ ਨਾ, ਜਿਸ ਪਰਮੇਸ਼ਰ ਨੇ ਹੁਣ ਭੇਜਿਆ, ਕਹਿੰਦੇ ਉਹ ਅੱਗੇ ਵੀ ਭੇਜੇਗਾ, ਮੈਂ ਅੱਗੇ ਵੀ ਤੈਨੂੰ ਮਿਲਾਂਗਾ, ਹਾਲੇ ਇੰਨਾ ਹੀ ਹੈ ਜਿਹੜਾ ਅਗਲੀ ਸਿੱਖਿਆ ਹੈ ਨਾ। ਕਹਿਣ ਲੱਗੇ ਕਹਿੰਦੇ ਪਹਿਲੇ ਆਪਣੀ ਧਰਤੀ ਸਾਫ ਕਰ ਲੈ, ਆਪਣੀ ਧਰਤੀ ਪੱਤਰ ਕਰ ਲੈ, ਬੜੇ ਟੋਏ ਟਿੱਬੇ ਨੇ ਤੇਰੀ ਧਰਤੀ ਦੇ ਵਿੱਚ, ਪਹਿਲੇ ਪੱਧਰੀ ਕਰ ਲੈ,
ਕਹਿੰਦੇ ਫਿਰ ਦੱਸਾਂਗੇ ਕਿਹੜਾ ਬੀਜ ਪਾਣਾ ਤੇ ਉਸ ਬੀਜ ਦੀ ਕਿਵੇਂ ਸੰਭਾਲ ਕਰਨੀ ਆ। ਆਖੋ ਸਤਨਾਮ। ਬਚਨ ਮੰਨਿਆ ਉਸ ਕੁੜੀ ਨੇ, ਨੌਜਵਾਨ ਕੁੜੀ ਸੀ, ਸਭ ਕੁਝ ਵੇਚ ਦਿੱਤਾ, ਬਾਹਰ ਜੰਗਲਾਂ ਵਿੱਚ ਕੁਟੀਆ ਪਾ ਲਈ, ਜਿਹੜਾ ਜੀ ਮਿਲੇ ਉਹਦੀ ਸੇਵਾ, ਸੇਵਾ ਦੇ ਵਿੱਚ ਉਤਰ ਗਈ, ਘਰੋਂ ਸਮਾਨ ਲੈਣਾ, ਬਾਜ਼ਾਰ ਜਾਣਾ, ਜਿਹੜੇ ਪਸ਼ੂ ਲਫੰਡਰ ਨੇ ਜਿਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਉਹਨਾਂ ਦੀ ਸੇਵਾ ਕਰਨੀ, ਪਾਣੀ ਪਿਲਾਉਣਾ, ਉਹਨਾਂ ਨੂੰ ਚਾਰਾ ਦੇਣਾ, ਹੋਰ ਜਿੱਦਾਂ ਵੀ ਪਸ਼ੂ ਪੰਛੀਆਂ ਦੀ ਸੇਵਾ 'ਚ ਉਤਰ ਗਈ। ਹੌਲੀ ਹੌਲੀ ਮਨ ਸਾਧ ਨਿਰਮਲ ਹੋ ਰਿਹਾ, ਹੌਲੀ ਹੌਲੀ ਨਿਰਮਲ ਹੋ ਰਿਹਾ। ਕਹਿੰਦੇ ਇੱਕ ਦਿਨ ਆਇਆ ਮਹਾਂਪੁਰਖ ਬਾਬਾ ਭਾਗ ਸਿੰਘ ਜੀ, ਇਹ ਵਿਚਰਦੇ 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 ਉੱਥੇ ਪਹੁੰਚ ਗਏ। ਆਖੋ ਸਤਨਾਮ। ਉਹਦੀ ਕੁਟੀਆ ਦੇ ਬਾਹਰ ਜਾਂ ਦੀਦਾਰੇ ਕੀਤੇ, ਨਮਸਕਾਰ ਕੀਤੀ ਮਹਾਂਪੁਰਖਾਂ ਨੂੰ, ਕਹਿੰਦੇ ਮੈਨੂੰ ਪਤਾ ਸੀ ਤੁਸੀਂ ਜ਼ਰੂਰ ਆਓ, ਵਿੱਚ ਮਜਦਾਰ ਦੇ ਨਹੀਂ ਛੱਡ ਕੇ ਜਾਓਗੇ। ਕਹਿੰਦੇ ਸਾਨੂੰ ਇਹ ਇਸ਼ਾਰਾ ਹੈ ਸਤਿਗੁਰੂ ਵੱਲੋਂ। ਕਹਿੰਦੇ ਹੁਣ ਤੇਰੀ ਜ਼ਮੀਨ ਪੱਧਰੀ ਹੈ। ਕਹਿੰਦੇ ਬੀਬਾ ਹੁਣ ਨਾਮ ਜਪ, ਹੁਣ ਭਜਨ ਕਰ। ਉਹਨੂੰ ਵਿਧੀ ਦਿੱਤੀ, ਉਹਨੂੰ ਤਰੀਕਾ ਦਿੱਤਾ, ਗੁਰੂ ਦੀ ਸਿੱਖਿਆ ਜਿਹੜੀ ਸੀ ਉਹ, ਜਿਹੜਾ ਇਸ ਜੀਵ ਨੂੰ ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਹਾਇਕ ਹੈ ਉਹ ਸਿੱਖਿਆ, ਉਸ ਬੀਬੀ ਨੂੰ ਸਿੱਖਿਆ ਪੜ੍ਹਾਈ। ਕਹਿੰਦੇ ਬੀਬਾ ਆਹ ਕੰਮ ਕਰਨਾ ਹੈ, ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਉੱਠਣਾ ਹੈ, ਕੇਸੀ ਇਸ਼ਨਾਨ ਕਰਕੇ ਭਜਨ ਕਰਨਾ, ਸਾਈਂ ਦੀ ਯਾਦ 'ਚ ਜੁੜਨਾ, ਹਰ ਜੀ ਦੇ ਵਿੱਚ ਉਹਦੀ ਜੋਤ ਵੇਖਣੀ ਹੈ। ਆਖੋ ਸਤਨਾਮ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਕੇ ਚਾਨਣ, ਸਭ ਮੈਂ ਚਾਨਣ, ਗੁਰਸਾਖੀ ਜੋਤ ਪ੍ਰਗਟ। ਕਹਿੰਦੇ ਸਭ ਵਿੱਚ ਉਹਦੀ ਜੋਤ ਵੇਖ ਕੇ ਉਹਨਾਂ ਦੀ ਸੇਵਾ ਕਰਨੀ, ਭਜਨ ਦੇ ਵਿੱਚ ਲਾ ਦਿੱਤਾ, ਸਿੱਖਿਆਵਾਂ ਦਿੱਤੀਆਂ ਗੁਰੂ ਦੀਆਂ। ਸਾਧ ਸੰਗਤ ਜੀ, ਕੁਝ ਦਿਨ ਨੇੜੇ ਹੀ ਸਥਾਨ ਉਹਨਾਂ ਨੇ ਆਪਣਾ ਬਣਾਇਆ, ਉੱਥੇ ਰਹੇ, ਸਿੱਖਿਆਵਾਂ ਦੇ ਕੇ ਫਿਰ ਸਾਧ ਸੰਗਤ ਉਹ ਬੀਬੀ ਦਾ ਪਾਰ ਉਤਾਰਾ ਕੀਤਾ ਤੇ ਪਾਰ ਉਤਾਰਾ ਕਰਕੇ ਲੰਘ ਗਏ। ਭਾਈ ਗੁਰਦਾਸ ਜੀ ਕਹਿੰਦੇ, ਕਹਿੰਦੇ ਮੈਂ ਸਦਕੇ ਐਸੇ ਗੁਰਸਿੱਖਾਂ ਤੋਂ ਸਦਕੇ, ਜਿਹੜੇ ਆਪ ਕਮਾਉਂਦੇ ਨੇ ਤੇ ਆਪ ਕਮਾ ਕੇ ਦੂਜਿਆਂ ਨੂੰ ਵੀ ਕਮਾਉਣ ਦੀ ਜਾਚ ਦੱਸਦੇ ਨੇ। ਸਾਧ ਸੰਗਤ ਸਦਕੇ ਜਾਈਏ ਸਦਕੇ, ਉਹ ਕੋਈ ਆਮ ਬੰਦੇ ਨੂੰ ਤਾਂ ਸਿੱਖਿਆ ਦੇਗਾ, ਪਰ ਐਸੀ ਨੀਵੀਂ ਥਾਂ ਤੇ ਜਾ ਕੇ ਕੋਈ ਕਿਸੇ ਦਾ ਜੀਵਨ ਬਦਲੇ, ਐਸੀ ਨੀਵੀਂ ਥਾਂ ਤੇ ਜਾ ਕੇ ਉਹ ਬੀਬੀ ਜਿਹੜਾ ਨੀਵਾਂ ਕਰਮ ਕਰਦੀ ਸੀ, ਮਾੜਾ ਕੰਮ ਕਰਦੀ ਸੀ, ਧੰਨ ਐਸੇ ਮਹਾਂਪੁਰਖ ਸਾਧ ਸੰਗਤ ਪਰਵਾਹ ਨਹੀਂ ਕੀਤੀ ਕਿ ਦੁਨੀਆਂ ਕੀ ਬੋਲੇਗੀ। ਆਖੋ ਸਤਨਾਮ। ਦੁਨੀਆਂ ਕੀ ਬੋਲੇਗੀ। ਭਾਈ ਗੁਰਦਾਸ ਜੀ ਕਹਿੰਦੇ ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ, ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ, ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ। ਗੁਰਸਿੱਖ ਦੇ
ਸਿੱਖ ਦੇ ਗੁਰ ਸਿੱਖ ਮਿਲਾਇਆ, ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ, ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ। ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ। ਕਈਆਂ ਨੂੰ ਨਾ ਆਹ ਲਫ਼ਜ਼ ਸੁਣ ਕੇ ਹੀ ਸਾਧ ਸੰਗਤ ਕੁਝ ਹੋਣ ਲੱਗ ਜਾਂਦਾ, ਸੰਤਨ ਸੰਤ। ਮੈਂ ਇੱਕ ਗੱਲ ਕਹਿ ਦਿਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਈ ਅੰਗ ਲੈ ਲਓ, ਕੋਈ ਅੰਗ ਪੜ੍ਹ ਲਓ, ਹਰ ਅੰਗ ਦੇ ਵਿੱਚ ਨਾਮ ਜਪਣ ਵਾਲੇ ਦੀ ਮਹਿਮਾ ਲਿਖੀ ਹੈ। ਆਖੋ ਸਤਨਾਮ, ਨਾਮ ਨੂੰ ਕਮਾਉਣ ਵਾਲੇ ਦੀ ਮਹਿਮਾ ਲਿਖੀ ਹੈ। ਨਾਮ ਜਿਹਨੇ ਕਮਾਇਆ, ਜਿਹਨੇ ਸਾਧਨਾ ਕੀਤੀ, ਜਿਹੜਾ ਸਾਧਕ ਕੋਈ ਤਾਂ ਸਾਧੂ ਹੈ, ਭੇਖ ਦਾ ਨਾਮ ਸਾਧੂ ਨਹੀਂ। ਤੁਹਾਡੇ ਵਿੱਚੋਂ ਜਿਹੜੇ ਪੈਂਟ ਕਮੀਜ ਪਾ ਕੇ ਬੈਠੇ ਨੇ, ਜੇ ਜੀਵਨ ਹੈ, ਜੇ ਸਾਧਕ ਹੋ, ਜੇ ਅੰਮ੍ਰਿਤ ਵੇਲੇ ਜਾਗਦੇ ਹੋ, ਤੁਸੀਂ ਉਹੀ ਸਾਧੂ। ਆਖੋ ਸਤਨਾਮ। ਜੇ ਕੋਈ ਕੁੜਤੇ ਪਜਾਮੇ 'ਚ ਹੈ, ਜਿਹੜੇ ਪਰਜੀ ਵਸਤਰ ਪਾਏ ਹੋਣ, ਉਹ ਜੀਵਨ ਦਾ ਨਾਮ ਸਾਧੂ ਹੈ ਜੀ। ਜੀਵਨ ਸਾਹਿਬ ਕਹਿੰਦੇ ਮੈਂ ਬਲਹਾਰ 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 ਉਹਨਾਂ ਜੀਵਨ ਵਾਲਿਆਂ ਤੋਂ ਜਿਨ੍ਹਾਂ ਨੇ ਆਪ ਤਾਂ ਆਪਣਾ ਜੀਵਨ ਬਣਾਇਆ ਤੇ ਫਿਰ ਟੁੱਟਿਆਂ ਨੂੰ ਜੋੜਨ ਦੇ ਵਿੱਚ ਆਪਣਾ ਜੀਵਨ ਲਾ ਦਿੱਤਾ। ਆਖੋ ਸਤਨਾਮ। ਉਹਨਾਂ ਦਾ ਨਾਮ ਹੀ ਤਾਂ ਸੰਤ ਹੈ ਤੇ ਕੀ ਕਹਿੰਦੇ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ, ਇਓ ਮਨ ਸੰਤਨ ਕੈ ਬਲਹਾਰੀ, ਇਓ ਮਨ ਸੰਤਨ ਕੈ, ਇਓ ਮਨ। ਜਾ ਕੀ ਓਟ ਗਈ ਸੁਖ ਪਾਇਆ, ਜਾ ਕੀ ਓਟ ਗਈ ਸੁਖ ਪਾਇਆ, ਜਾ ਕੀ ਓਟ ਗਈ ਸੁਖ ਪਾਇਆ, ਜਾ ਕੀ ਕਿਰਪਾ ਤਾਰੀ, ਰੱਖ ਕਿਰਪਾ ਤਾਰੀ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ, ਬੋਲੋ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ ਬਲਹਾਰੀ। ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਇਸ ਤੋਂ ਸਪਸ਼ਟ ਸ਼ਬਦ ਹੋਰ ਕੀ ਹੋਣਗੇ? ਸਾਹਿਬ ਕਹਿੰਦੇ ਭੇਟਤ ਸੰਗ
ਪਾਰ ਬ੍ਰਹਮ ਚਿੱਤ ਆਇਆ ਜਿਹਦੇ ਮਿਲਿਆ ਰੱਬ ਚੇਤੇ ਆ ਗਿਆ ਉਹ ਜਿਹਦੇ ਮਿਲਿਆ ਅੰਦਰ ਵਾਹਿਗੁਰੂ ਸਿਮਰਨ ਸ਼ੁਰੂ ਹੋ ਗਿਆ ਜਿਹਦੇ ਮਿਲਿਆ ਉਹਦੀ ਯਾਦ ਬਣ ਗਈ ਉਹਦਾ ਕੈਸਾ ਪ੍ਰਭਾਵ ਹੋਏਗਾ ਜੀ ਖਾਲੀ ਮਿਲਣ ਦੇ ਨਾਲ ਭੇਟਤ ਮਿਲਣ ਦੇ ਨਾਲ ਸਿਮਰਨ ਸ਼ੁਰੂ ਹੋ ਜਾਏ ਆ ਤੁਸੀਂ ਵੇਖਣਾ ਕਈ ਵਾਰੀ ਕਿਸੇ ਗੁਰਮੁਖ ਦੇ ਦਰਸ਼ਨ ਹੋ ਜਾਣ ਭਾਵੇਂ ਦੂਰੋਂ ਹੀ ਹੋ ਜਾਣ ਨੇੜੇ ਨਹੀਂ ਦੂਰੋਂ ਹੀ ਜਦੋਂ ਦੂਰੋਂ ਹੀ ਕੋਈ ਗੁਰਮੁਖ ਲੰਘਦਾ ਪਹਿਲਾਂ ਉਹਨੂੰ ਦੇਖ ਕੇ ਤੁਸੀਂ ਕਹੋਗੇ ਵਾਹਿਗੁਰੂ 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 ਮੂੰਹ ਵਾਹਿਗੁਰੂ ਇੱਕਦਮ ਨਿਕਲਦਾ ਧਿਆਨ ਦੇਣ ਵਾਹਿਗੁਰੂ ਵਾਹਿਗੁਰੂ ਭੇਟਤ ਸੰਗ ਪਾਰ ਬ੍ਰਹਮ ਚਿੱਤ ਤੇ ਸਾਹਿਬ ਅੱਗੇ ਕਹਿੰਦੇ ਕਹਿੰਦੇ ਸੰਗਤ ਕਰਤ ਸੰਤੋਖ ਮਨ ਪਾਇਆ ਇਹ ਮਨ ਜਿਹੜਾ ਤ੍ਰਿਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਸੀ ਲਾਲਚ ਦੇ ਵਿੱਚ ਫਸ ਕੇ ਪਤਾ ਨਹੀਂ ਕਿਤਨੇ ਪਾਪ ਕਰਮ ਕਮਾ ਰਿਹਾ ਸੀ ਕਿਤਨੇ ਪਾਪ ਕਰਮ ਇਹ ਲਾਲਚ ਹੀ ਹੈ ਸਾਧ ਸੰਗਤ ਜਿਹੜੇ ਪਾਪਾਂ ਨੂੰ ਜਨਮ ਦਿੰਦੀ ਪਾਪਾਂ ਨੂੰ ਜਨਮ ਦੇ ਕਹਿੰਦੇ ਜਦੋਂ ਮੈਂ ਉਹਦੀ ਸੰਗਤ ਕੀਤੀ ਉਸ ਗੁਰਸਿੱਖ ਦੀ ਸੰਗਤ ਉਹ ਦੇਖੋ ਇਹ ਦੁਨੀਆਂ ਦੇ ਲੋਕੋ ਇੱਕ ਰੰਗੇ ਹੋਏ ਦੀ ਸੰਗਤ ਕੈਸੀ ਹੈ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰੂ ਦੀ ਸਿੱਖਿਆ ਦੇ ਕੇ ਗੁਰੂ ਨਾਲ ਜੋੜ ਦਿੰਦਾ ਗੁਰੂ ਚਰਨਾਂ ਨਾਲ ਗੰਢ ਦਿੰਦਾ ਇਹੀ ਤਾਂ ਉਸ ਗੁਰਸਿੱਖ ਦੀ ਖਾਸੀਅਤ ਹੈ ਕਹਿੰਦੇ ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਉਹ ਮੇਰਾ ਮਨ ਸੰਤੋਖ 'ਚ ਆ ਗਿਆ ਸੰਤੋਖ 'ਚ ਖਾਲੀ ਉਹਨਾਂ ਦੇ ਬਚਨ ਸੁਣ ਕੇ ਖਾਲੀ ਉਹਨਾਂ ਦੇ ਬਚਨ ਸੁਣ ਕੇ ਉਹਨਾਂ ਦੀ ਸਿੱਖਿਆਵਾਂ ਸੁਣ ਕੇ ਜੋ ਉਹਨਾਂ ਨੇ ਕਮਾਈਆਂ ਅਤੇ ਕਮਾ ਕੇ ਜਦੋਂ ਮੈਨੂੰ ਦਿੱਤੀਆਂ ਨਾ ਹਾਏ ਹਾਏ ਉਹ ਕਮਾ ਕੇ ਕਿਆ ਦਿੱਤੀਆਂ ਬਸ ਮੇਰਾ ਮਨ ਹੀ ਕੀ ਲਿਆ ਗਿਆ ਫਿਰ ਸੰਗਤ ਕਰੇ ਤੇ ਸੰਤੋਖ ਮਨ ਪਾਇਆ ਸੰਗਤ ਕਰੇ ਤੇ ਸੰਤੋਖ ਮਨ ਪਾਇਆ ਸੰਤੈ ਚਰਣ ਮਾਥਾ ਮੇਰੋ ਪੋਤ ਸੰਤੈ ਚਰਣ ਮਾਥਾ ਮੇਰੋ ਪੋਤ ਇਸ ਤੋਂ ਸਪਸ਼ਟ ਸ਼ਬਦ ਕੀ ਹੋਣਗੇ ਸਾਹਿਬ ਕਹਿੰਦੇ ਸੰਤੈ ਚਰਣ ਮਾਥਾ ਮੇਰੋ ਪੋਤ ਸੰਤਾਂ ਦੇ ਚਰਨਾਂ ਦੇ ਉੱਪਰ ਮੇਰਾ ਮੱਥਾ ਰੱਖਿਆ ਰਵੇ ਆਖੋ ਸਤਨਾਮ ਮਾਥਾ ਮੇਰੇ ਪੋਤ ਅਨਕ ਵਾਰ ਸੰਤੈ ਦੰਡੋਤ ਅਨਕ ਵਾਰ ਸੰਤੈ ਦੰਡੋਤ ਅਨਕ ਵਾਰ ਅਨਕਵਾਰ ਸੰਤੈ ਡੰਡੋ ਕਿਉਂ ਮਨ ਸੰਤਨ ਗੈ ਬਲਿਹਾਰੀ ਕਿਉਂ ਮਨ ਸੰਤਨ ਗੈ ਕਿਉਂ ਮਨ ਸੰਤਨ ਗੈ ਬਲਿਹਾਰੀ ਕਿਉਂ ਮਨ ਸੰਤਨ ਗੈ ਬਲਿਹਾਰੀ ਕਿਉਂ ਮਨ ਸੰਤਨ ਗੈ ਜਾ ਕੀ ਓਟ ਗਈ ਸੁਖ ਪਾਇਆ ਜਾ ਜਾ ਕੀ ਓਟ ਗਈ ਸੁਖ ਪਾਇਆ ਜਾ ਕੀ ਓਟ ਗਈ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਾਖੇ ਕਿਰਪਾ ਤਾਰੀ ਰਾਖੇ ਕਿਰਪਾ ਤਾਰੀ
तारी राखे कृपा तारी ओ मन संतन के बलहारी ओ मन संतन के ओ मन संतन के बलहारी ओ मन संतन के ए मन संतन के बलहारी ए मन संतन गए ए मन संतन के बलहारी ए मन संतन गए वाहगुरु 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 ਵਾਹਿਗੁਰੂ 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 ਸੰਤਨ ਕੈ ਬਲਹਾਰੀ ਓ ਮਨ ਸੰਤਨ ਗੈ ਓ ਮਨ ਸੰਤਨ ਕੈ ਬਲਹਾਰੀ ਓ ਮਨ ਸੰਤਨ ਬੋਲੋ ਓ ਮਨ ਸੰਤਨ ਕੈ ਬਲਹਾਰੀ ਓ ਮਨ ਸੰਤਨ ਗੈ ਓ ਮਨ ਸੰਤਨ ਕੈ ਬਲਹਾਰੀ ਓ ਮਨ ਸੰਤਨ ਕੈ ਗੁਰ ਉਪਦੇਸ਼ ਅਵੇਸ ਕਰ ਗੁਰ ਉਪਦੇਸ਼ ਗੁਰ ਉਪਦੇਸ਼ ਅਵੇਸ ਕਰ ਗੁਰ ਉਪਦੇਸ਼ ਅਵੇਸ ਕਰ ਪੈਰੀ ਪੈ ਜਗ ਪੈਰੀ ਪਾਇਆ 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 ਆਈ ਗੁਰਦਾਸ ਜੀ ਕਹਿੰਦੇ ਕਹਿੰਦੇ ਗੁਰ ਉਪਦੇਸ਼ ਅਵੇਸ ਕਰ ਜਿਹੜੇ ਗੁਰਸਿੱਖ ਨੇ ਮਹਾਂਪੁਰਖ ਨੇ ਸੰਤ ਨੇ ਉਹ ਕੀ ਕਰਦੇ ਨੇ ਗੁਰਸਿੱਖ ਉਹ ਕੀ ਕਰਦੇ ਨੇ ਗੁਰ ਉਪਦੇਸ਼ ਅਵੇਸ ਕਰ ਗੁਰੂ ਦਾ ਉਪਦੇਸ਼ ਪਹਿਲੇ ਕਮਾਉਂਦੇ ਨੇ ਕਮਾਉਂਦੇ ਨੇ ਕਿਸੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਆਪਣੇ ਜੀਵਨ 'ਚ ਢਾਲਦੇ ਨੇ ਕਮਾ ਕੇ ਕਹਿੰਦੇ ਨੇ ਔਰ ਉਪਦੇਸੇ ਆਪ ਨਾ ਕਰੇ ਇਹ ਵਾਲੀ ਘਾਲ ਨਹੀਂ ਕਮਾਉਂਦੇ
ਉਹਦਾ ਸਾਧ ਸੰਗਤ ਘਾਲ ਕਮਾਉਂਦੇ ਨੇ, ਪਹਿਲੇ ਕਮਾ ਕੇ ਫਿਰ ਕਿਸੇ ਨੂੰ ਜਪਾਉਂਦੇ ਨੇ, ਫਿਰ ਕਿਸੇ ਨੂੰ ਉਪਦੇਸ਼ ਦੇ ਨਾਲ ਜੋੜਦੇ ਨੇ, ਫਿਰ ਕਿਸੇ ਨੂੰ ਸਿੱਖਿਆ ਦੇ ਨਾਲ ਜੋੜਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਗੁਰ ਉਪਦੇਸ਼ ਅਵੇਸ ਕਰ ਪੈਰੀ ਪੈ ਜੱਗ ਪੈਰੀ ਪਾਇਆ। ਪਹਿਲੇ ਆਪ ਪੈਰੀ ਪੈਂਦੇ ਨੇ, ਆਪ ਗੁਰੂ ਦੇ ਪੈਰੀ ਪੈ ਕੇ ਸਿੱਖਿਆਵਾਂ ਧਾਰ ਕੇ ਸਾਧਕ ਬਣ ਕੇ ਕਮਾਈਆਂ ਕਰਕੇ ਫਿਰ ਕੀ ਕਰਦੇ ਨੇ ਜੀ, ਕੀ ਕਰਦੇ ਨੇ, ਜੱਗ ਪੈਰੀ ਪਾਇਆ ਕੋ ਸਤਨਾਮ। ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਸਾਰੀ ਜ਼ਿੰਦਗੀ ਲੰਘ ਗਈ ਸਾਡੀ, ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਅਸੀਂ ਕਿਸੇ ਨੂੰ ਸਿੱਖਿਆ ਕੀ ਦੇਣੀ, ਉਹ ਕਿਸੇ ਨੂੰ ਤਾਂ ਕੀ ਜੋੜਨਾ, ਪਹਿਲੇ ਅਸੀਂ ਆਪ ਹੀ ਨਹੀਂ ਜੁੜ ਸਕੇ। ਆਖੋ ਸਤਨਾਮ। ਕਦੇ ਅੰਮ੍ਰਿਤ ਵੇਲਾ ਬਣ ਜਾਂਦਾ, ਕਦੇ ਟੁੱਟ ਜਾਂਦਾ, ਕਦੇ ਬਣ ਜਾਂਦਾ ਕਦੇ ਟੁੱਟ ਜਾਂਦਾ, ਕਦੇ ਨਿਤਨੇਮ ਚੱਲ ਪੈਂਦਾ ਕਦੇ ਛੁੱਟ ਪੈਂਦਾ, ਕਦੇ ਚੱਲ ਪੈਂਦਾ ਕਦੇ ਛੁੱਟ ਜਾਂਦਾ, ਕਦੇ ਮਨ ਜੁੜ ਜਾਂਦਾ ਕਦੇ ਟੁੱਟ ਜਾਂਦਾ, ਕਦੇ ਜੁੜ ਜਾਂਦਾ ਟੁੱਟ ਜਾਂਦਾ। ਅੱਜ ਜਿੱਥੇ ਗੁਰੂ ਕੇ ਲਾਲਾਂ ਦੀ ਬਾਤਾਂ ਸੁਣ ਰਹੇ ਹੋ ਨਾ, ਆਪਣੀ ਵੀ ਤੇ ਮੇਰੀ ਵੀ ਅਰਜੋਈ ਲਾਈ ਜਾਣਾ ਸੱਚੇ ਪਾਤਸ਼ਾਹ, ਤੁਸੀਂ ਕਿਸੇ ਨਾ ਕਿਸੇ ਦੀ ਤਾਂ ਸੇਵਾ ਲਾਣੀ ਹੈ ਨਾ, ਜੋੜਨ ਦੇ ਹਿੱਤ, ਪ੍ਰਚਾਰ ਹਿੱਤ ਕਿਸੇ ਨਾ ਕਿਸੇ ਦੀ ਸੇਵਾ ਲਾਣੀ। ਉਹ ਮੇਰੇ ਸਾਹਿਬਾ, ਮੇਰੇ ਗਰੀਬ 'ਤੇ ਹੀ ਤਰਸ ਕਰਦੇ, ਇਹ ਸੇਵਾ ਮੇਰੀ ਝੋਲੀ 'ਚ ਪਾ ਦੇ ਪਾਤਸ਼ਾਹ, ਮੈਨੂੰ ਅੱਗੇ ਜੋੜਨ ਹਿੱਤ ਲਾ ਦਿਓ ਸੱਚੇ ਪਾਤਸ਼ਾਹ। ਪਹਿਲੇ ਚਰਨਾਂ ਨਾਲ ਤੇਰੇ ਜੁੜ ਜਾਵਾਂ, ਫਿਰ ਤੇਰੀ ਸਿੱਖਿਆ ਅੱਗੇ ਵੰਡਾਂ। ਭਾਈ ਗੁਰਦਾਸ ਜੀ ਕਹਿੰਦੇ, ਦੇਖੋ ਦੁਨੀਆਂ ਦੇ ਲੋਕੋ, ਗੁਰ ਉਪਦੇਸ਼ ਅਵੇਸ ਕਰ ਕਮਾ ਕੇ ਪੈਰੀ ਪੈ ਜੱਗ ਪੈਰੀ ਪਾਇਆ। ਆਪ ਜਿੱਥੇ ਜੁੜਦੇ, ਜਿੱਥੇ ਆਪ ਚਰਨਾਂ ਦੇ ਨਾਲ ਜੁੜੇ ਸਤਿਗੁਰ ਦੇ, ਉੱਥੇ ਗੁਰੂ ਦੀ ਸਿੱਖਿਆਵਾਂ ਦੇ ਕੇ, ਗੁਰੂ ਦੀ ਮੱਤ ਅੱਗੇ ਵੰਡ ਕੇ ਖਲਕਤ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਨੇ। ਕੀ ਕਹਿੰਦੇ ਭਾਈ ਗੁਰਦਾਸ ਜੀ, ਗੁਰ ਉਪਦੇਸ਼ ਅਵੇਸ ਕਰ, ਗੁਰ ਉਪਦੇਸ਼ ਪੈਰੀ ਪੈ ਜੱਗ ਪੈਰੀ ਪਾਇਆ, ਪੈਰੀ ਪੈ ਜੱਗ ਪੈਰੀ ਪਾਇਆ, ਪੈਰੀ ਗੁਰ ਚੇਲੇ ਪਰਚਾ ਪਰਚਾਇਆ, ਗੁਰ ਚੇਲੇ ਪਰਚਾ ਪਰਚਾਇਆ, ਗੁਰ ਚੇਲੇ ਪਰਚਾ ਪਰਚਾਇਆ, ਗੁਰ ਚੇਲੇ ਪਰਚਾ ਪਰਚਾਇਆ। ਓ ਮਨ ਸੰਦਨ ਗੈ ਬਲਹਾਰੀ, ਓ ਮਨ ਸੰਦਨ ਗੈ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ, ਓ ਮਨ ਸੰਤਨ ਕੈ ਬਲਹਾਰੀ, ਓ ਮਨ ਸੰਤਨ ਕੈ। ਜਾਂ ਕੀ ਓਟ ਗਈ ਸੁਖ ਪਾਇਆ, ਜਾਂ ਕੀ ਓਟ ਗਈ ਸੁਖ ਪਾਇਆ, ਰਾਖ ਕਿਰਪਾ ਤਾਰੀ, ਰਾਖ ਕਿਰਪਾ ਤਾਰੀ, ਓ ਮਨ ਸੰਦਨ ਗੈ ਬਲਹਾਰੀ, ਓ ਮਨ ਸੰਦਨ ਗੈ, ਓ ਮਨ ਸੰਦਨ ਗੈ ਬਲਹਾਰੀ, ਓ ਮਨ ਸੰਦਨ
ਇਉ ਮਨ ਸੰਤਨ ਕੈ ਬਲਹਾਰੀ ਇਉ ਮਨ ਸੰਤਨ ਕੈ ਕਰ ਕਿਰਪਾ ਸੰਤ ਮਿਲੇ ਮੋਹੇ ਕਰ ਕਿਰਪਾ ਸੰਤ ਮਿਲੇ ਮੋਹੇ ਕਰ ਕਿਰਪਾ ਸੰਤ ਮਿਲੇ ਮੋਹੇ ਕਰ ਕਿਰਪਾ ਤੀਰਜ ਪਾਇਆ ਤਿੰਨ ਤੇ ਤੀਰਜ ਪਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਸਾਹਿਬ ਨੇ ਇਹ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਹਿੰਦੇ ਮੰਗਿਆ ਕਰ ਮੰਗਿਆ ਕਰ ਉਹ ਗੁਰਸਿੱਖਾਂ ਦਾ ਸੰਗ ਮੰਗਿਆ ਕਰ ਇਹ ਜਿਹੜਾ ਤ੍ਰਿਸ਼ਨਾਵਾਂ ਦੇ ਵਿੱਚ ਮਨ ਲੁਭਾਏ ਮਾਨਣ ਮਾਇਆ ਦੇ ਵਿੱਚ ਲੁਪਤ ਪਿਆ ਹੋਇਆ ਮਨ ਲਪਟਿਆ ਹੋਇਆ ਮਨ ਕਹਿੰਦੇ ਜਦੋਂ ਕਿਸੇ ਰੰਗੇ ਦੀ ਸੰਗਤ ਦੇ ਵਿੱਚ ਬੈਠੇਗਾ ਸੱਚ ਜਾਣੀ ਉਹਨੇ ਸਹਿਜ ਭਰ ਦੇਣਾ ਤੇਰੇ ਅੰਦਰ ਆਖੋ ਸਤਨਾਮ ਸਹਿਜ ਭਰ ਦੇਣਾ ਸਹਿਜ ਔਰ ਮੈਂ ਸੱਚ ਕਹਿ ਦਿਆਂ ਜੇ ਗੁਰੂ ਦੇ ਭਰੋਸੇ ਤੇ ਕਹਿ ਰਿਹਾ ਗੁਰੂ ਦੀ ਸੰਗਤ ਕਰਕੇ ਉਸ ਸਿੱਖ ਨੇ ਕਮਾਇਆ ਹੁੰਦਾ ਤੇ ਉਸ ਸਿੱਖ ਦੀ ਸੰਗਤ ਕਰਕੇ ਸਾਧ ਸੰਗਤ ਸਾਨੂੰ ਵੀ ਕਮਾਉਣ ਦੀ ਜਾਚ ਮਿਲ ਜਾਂਦੀ ਹੈ ਜੀਵਨ ਕਮਾਉਣ ਦੀ ਜਾਚ ਗੁਰੂ ਦੇ ਸ਼ਬਦ ਕਮਾਉਣ ਦੀ ਜਾਚ ਮਿਲ ਜਾਂਦੀ ਆ ਦੇਖ ਲਓ ਸਤਿਗੁਰ ਅੱਗੇ ਕੀ ਕਹਿੰਦੇ ਨੇ ਕਰ ਕਿਰਪਾ ਸੰਤ ਮਿਲੇ ਮੋਹੇ ਕਰ ਕਿਰਪਾ ਤਿੰਨ ਤੇ ਤੀਰਜ ਪਾਇਆ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਏ ਨਿਰਪੋ ਸੰਤੀ ਮੰਤ ਗੁਰ ਕਾ ਸ਼ਬਦ ਕਮਾਇਆ ਗੁਰ ਕਾ ਸ਼ਬਦ ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਰਿਹਾ ਸ਼ਬਦ ਪੜ੍ਹਦਾ ਰਿਹਾ ਸਹਿਜ ਪਾਠ ਕਰਦਾ ਰਿਹਾ ਅਖੰਡ ਪਾਠ ਕਰਦਾ ਰਿਹਾ ਨਹੀਂ ਕਮਾ ਸਕਿਆ ਗੁਰੂ ਨੂੰ ਪਰ ਸੱਚ ਕਹਿ ਰਿਹਾ ਜੇ ਉਹ ਜਿਸ ਦਿਨ ਕੋਈ ਸੱਤ ਪੁਰਸ਼ ਮਿਲਿਆ ਨਾ ਇੱਕ ਸੱਤ ਪੁਰਸ਼ ਨੇ ਜੀਵਨ ਬਦਲ ਕੇ ਰੱਖ ਦਿੱਤਾ ਉਹਨੇ ਝਾਤ ਮਾਰੀ ਮੇਰੇ ਜੀਵਨ ਦੇ ਵਿੱਚ ਜੀਵਨ 'ਚ ਝਾਤ ਮਾਰ ਕੇ ਦੱਸਿਆ ਕਹਿੰਦੇ ਇੰਨੀ ਬਾਣੀ ਪੜ੍ਹ ਕੇ ਵੀ ਇੱਥੇ ਖੜਾ ਇੰਨੀ ਬਾਣੀ ਸੁਣ ਕੇ ਵੀ ਇੱਥੇ ਖੜਾ ਸੱਜਣਾ ਇਹ ਜੀਵਨ ਪ੍ਰਵਾਨ ਨਹੀਂ ਹੋ ਸਕਦਾ ਜੇ ਇੱਥੇ ਹੀ ਖੜਾ ਰਿਹਾ ਜੀਵਨ ਪ੍ਰਵਾਨ ਤਾਂ ਹੋਏਗਾ ਜੇ ਇਸ ਤੋਂ ਅਗਲੀਆਂ ਪੌੜੀਆਂ ਪ੍ਰਾਪਤ ਕਰੇਗਾ ਆਖੋ ਸਤਨਾਮ ਇਹ ਸਮਤ ਸਾਧੂ ਤੇ ਪਾਈ ਸਾਧੂ ਤੇ ਪਾਈ ਉਹਨੇ ਕਮਾਉਣ ਦੀ ਜਾਚ ਦੱਸੀ ਸਾਧੂ ਨੇ ਉਹਨੇ ਸਿੱਖਿਆਵਾਂ ਦਿੱਤੀਆਂ ਗੁਰੂ ਦੀਆਂ ਗੁਰੂ ਨੂੰ ਕਮਾਉਣਾ ਕਿਵੇਂ ਆ ਸਾਧ ਸੱਚ ਕੁਕਰੀ ਪਿੰਡ ਸੰਤ ਭੂਪ ਦਾਸ ਜੀ ਜੋ ਸਾਖੀ ਦੇ ਵਿੱਚ ਲਿਖਿਆ ਦਾਸ ਸਾਂਝੀ ਕਰਨ ਲੱਗਾ ਸੰਤ ਭੂਪ ਦਾਸ ਜੀ ਦੀ ਬੜੀ ਵਿਦਵਤਾ ਸੀ ਬੜੇ ਰਾਗਾਂ ਦੇ ਮਾਹਿਰ ਸਨ ਔਰ ਇੱਥੇ ਤੱਕ ਲਿਖਿਆ ਹੈ ਕਈਆਂ ਨੂੰ ਇਹਨਾਂ ਨੇ ਸੰਥਿਆ ਗੁਰੂ ਦੀ ਦੇਣੀ ਗੁਰਬਾਣੀ ਦੀ ਸੰਥਿਆ ਦੇਣੀ ਗੁਰਬਾਣੀ ਦੇ ਨਾਲ ਜੋੜਨਾ ਪਰ
ਨਿਜ ਦਾ ਜੀਵਨ ਕੋਈ ਨਹੀਂ ਸੀ, ਆਖੋ ਸਤਨਾਮ। ਇਹ ਬੜੀ ਕਮਾਲ ਦੀ ਗੱਲ, ਮੈਂ 2 ਮਿੰਟ ਇੱਥੇ ਰੁਕਾਂਗਾ ਸਤਸੰਗ। ਕਈ ਵਾਰੀ ਅਸੀਂ ਭਰਮ ਜਾਂਦੇ ਹਾਂ ਭੇਖ ਦੇਖ ਕੇ। ਹੁਣ ਦੇਖੋ ਰਾਗ ਵਿਦਿਆ ਦੇ ਬੜੇ ਤਗੜੇ ਮਾਹਿਰ ਸੰਤ ਭੂਪ ਦਾਸ ਜੀ, ਬਾਣੀ ਬਹੁਤ ਜ਼ਿਆਦਾ ਸ਼ੁੱਧ ਅਤੇ ਸੰਥਿਆਵਾਂ ਵੀ ਦੇਣੀਆਂ, ਕਥਾ ਵਿਆਖਿਆ ਵੀ ਕਰ ਲੈਣੀ, ਪਰ ਜੀਵਨ ਨਹੀਂ, ਜੀਵਨ ਨਹੀਂ। ਮਨ ਮਰਜ਼ੀ ਮਨ ਪਾਉਂਦੀਆਂ ਸਾਧ ਸੰਗਤ ਚੀਜ਼ਾਂ ਇਹਨਾਂ ਨੇ ਖਾਣੀਆਂ ਅਤੇ ਭੋਗਣੀਆਂ। ਸੰਗਤ ਦੇ ਧਨ ਦੇ ਉੱਪਰ ਅੱਖ ਰੱਖਣੀ, ਅੱਖ ਰੱਖਣੀ, ਇਹ ਮਹਾਂਪੁਰਖ ਸਿੱਖਿਆ ਦਿੰਦੇ ਸਾਧ ਸੰਗਤ। ਕਹਿੰਦੇ ਸੰਗਤ ਦੀ ਦਾਤਾਂ ਸੰਗਤ ਵਿੱਚ ਹੀ ਲਾ ਦੇਣੀ ਚੰਗੀ ਰਹਿੰਦੀ ਆ, ਆਖੋ ਸਤਨਾਮ। ਉਹ ਵੇਖੀ ਓਏ, ਜੇ ਥੋੜ੍ਹਾ ਜਿਹਾ ਮਾਣ ਵੱਧ ਜਾਏ ਤੇਰਾ, ਜੇ ਸਤਿਕਾਰ ਵੱਧ ਜਾਏ, ਸੰਗਤ ਨੇ ਤਾਂ ਬਹੁਤ ਕੁਝ ਦੇਣਾ, ਸੰਗਤ ਨੇ ਤਾਂ ਤੋਲਣ ਦੀ ਕੋਸ਼ਿਸ਼ ਕਰਨੀ ਤੈਨੂੰ, ਤੋਲਣ ਦੀ ਪਦਾਰਥਾਂ ਦੇ ਨਾਲ ਹੋਰ ਚੀਜ਼ਾਂ ਦੇ ਨਾਲ ਤੋਲ ਦੇਣਾ ਤੈਨੂੰ, ਪਰ ਵੇਖਣਾ ਤੂੰ ਹੈ, ਵੇਖਣਾ ਤੂੰ ਕਿਹੜਾ ਕਿਸ ਭਾਵਨਾ ਦੇ ਨਾਲ ਦਿੰਦਾ ਸਾਧ ਸੰਗਤ। ਜੇ ਉਹ ਵਸਤੂ ਘਰ ਵਰਤ ਲਈ ਜਾਵੇ, ਹੁਣ ਪਤਾ ਨਹੀਂ ਕਿਹੜੀ ਸੁਖਣਾ ਦੇ ਨਾਲ ਕਿਹੜੀ ਚੀਜ਼ ਕਿਹਨੇ ਦਿੱਤੀ, ਉਹ ਸੁਖਣਾ ਦਾ ਭਾਰ ਆਪਣੇ ਸਿਰ 'ਤੇ ਆ ਗਿਰਦਾ। ਇਹ ਪੜ੍ਹਾਈ ਬੜੀ ਬਰੀਕ ਹੈ ਜੀ, ਬੜੀ ਬਰੀਕ ਹੈ, ਔਰ ਇਹ ਪੜ੍ਹਾਈ ਕਿਸੇ ਗੁਰਮੁਖ ਦੀ ਸੰਗਤ ਤੋਂ ਬਿਨਾਂ ਪੜ੍ਹੀ ਵੀ ਨਹੀਂ ਜਾ ਸਕਦੀ, ਜੇ ਆਖੋ ਸਤਨਾਮ। ਕਿਸੇ ਗੁਰਮੁਖ ਦੀ ਸੰਗਤ ਤੋਂ ਬਿਨਾਂ ਨਹੀਂ ਪੜ੍ਹੀ ਜਾ ਸਕਦੀ। ਕੌਣ ਸਿਖਾਏਗਾ, ਕੌਣ ਸਿਖਾਏਗਾ ਇਹ ਗਿਆਨ, ਕੌਣ ਸਿਖਾਏਗਾ ਇਹ ਗਿਆਨ? ਸਾਧੂ ਸਿਖਾਏਗਾ ਇਹ ਗਿਆਨ, ਉਹ ਸਿਖਾਏਗਾ ਜਿਹੜਾ ਆਪ ਇਸ ਸਿੱਖਿਆ 'ਤੇ ਚੱਲਿਆ ਹੋਇਆ, ਚੱਲਿਆ ਹੋਇਆ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ, ਲੇਖੇ ਦੇਣੇ ਪੈਣਗੇ, ਲੇਖੇ ਲੇਖੇ ਦੇਣੇ ਪੈਣਗੇ। ਜਿਹੜਾ ਸੰਗਤ ਦਾ ਧਨ ਖਾ ਜਾਵੇ, ਸੰਗਤ ਦਾ ਧਨ ਖਾ ਜਾਵੇ, ਸੰਤ ਭੂਪ ਦਾਸ ਜੀ ਦਾ ਕੋਈ ਜੀਵਨ ਖਾਸ ਨਹੀਂ। ਹਾਂ, ਬਾਣੀ ਨਾਲ ਜੁੜੇ ਨੇ, ਬਾਣੇ ਨਾਲ ਜੁੜੇ ਨੇ, ਸੰਤ ਲਿਬਾਸ ਹੈ। ਇਹੀ ਚੀਜ਼ਾਂ ਨੂੰ ਤਾਂ ਵੇਖ ਕੇ ਸਤਿਗੁਰੂ ਜੀ ਨੇ ਕਿਹਾ, ਓਏ ਹਰ ਕੇ ਸੰਤ ਨਾ ਆਖੀਏ ਬਾਣਾ ਰਸ ਕੇ ਆਖਾ। ਮੈਂ ਇੱਕ ਵਾਰੀ ਅੱਗੇ ਵੀ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਸੰਤਾਂ ਦਾ ਵਿਰੋਧ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੇ ਡੰਕੇ ਦੀ ਚੋਟ 'ਚ ਵਿਰੋਧ ਕੀਤਾ, ਪਰ ਕਿਹਦਾ? ਉਹਨਾਂ ਪਖੰਡੀਆਂ ਦਾ ਜਿਨ੍ਹਾਂ ਨੇ ਚੋਲਾ ਦਾ ਸਾਧ ਦਾ ਪਾਇਆ ਪਰ ਕਰਤੂਤਾਂ ਮਾੜੀਆਂ ਕਰ ਰਹੇ ਨੇ, ਆਖੋ ਸਤਨਾਮ। ਪਖੰਡ ਰਚਿਆ ਮਾਲਕ ਨੇ ਡੰਕੇ ਦੀ ਚੋਟ 'ਚ ਵਿਰੋਧ ਕੀਤਾ ਉਹਨਾਂ ਪਖੰਡੀਆਂ ਦਾ, ਪਖੰਡੀਆਂ ਦਾ, ਪਰ ਵੇਖੋ ਸਾਧੂਆਂ ਦਾ ਖੰਡਨ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਕਿਉਂ ਕਹਿੰਦੇ ਇਹ ਮਨ ਸੰਤਨ ਕੈ ਬਲਹਾਰੀ? ਹਾਂਜੀ, ਕਿਉਂ ਕਹਿੰਦੇ ਮੈਂ ਬਲਹਾਰ ਜਾਵਾਂ? ਕਮਾਲ ਹੋ ਗਈ, ਸੰਤ ਭੂਪ ਦਾਸ ਜੀ ਨੇ ਮਨ ਪਾਉਣ ਦੇ ਕੰਮ ਕਰਨੇ, ਮਨ ਜੋ ਮਨ ਕਰਦਾ ਸਤਸੰਗ, ਜੋ ਮਨ ਕਰਦਾ, ਕਿਸੇ ਕੋਲੋਂ ਕਿਹੜੀ ਚੀਜ਼ ਮੰਗਾ ਲੈਣੀ, ਕਿਸੇ ਕੋਲੋਂ ਕਿਹੜੀ ਚੀਜ਼ ਮੰਗਾ ਲੈਣੀ, ਖਾ ਲੈਣੀ, ਭੋਗ ਲੈਣੀ, ਮਾੜੇ ਕੰਮ ਸਨ। ਕਹਿੰਦੇ ਕਰਮ ਅੱਗੇ ਆ ਗਏ,
ਕਰਮ ਅੱਗੇ ਆ ਕੇ ਕਿਉਂਕਿ ਜੋ ਮੈਂ ਕੀਆ ਸੋ ਮੈਂ। ਇਹ ਕਰਮ ਭੂਮੀ ਹੈ ਭਾਈ, ਕਰਮ ਭੂਮ ਹੈ ਬੋਵੋ ਨਾਮ। ਇੱਥੇ ਤਾਂ ਨਾਮ ਬੋਣਾ ਸੀ, ਪਰ ਸੱਚਾਈ ਇਹ ਹੈ ਜਿਵੇਂ ਭੂਮੀ ਧਰਤੀ ਸਾਧ ਸੰਗਤ ਝੂਠ ਨਹੀਂ ਬੋਲਦੀ ਨਾ, ਤੁਸੀਂ ਜਿਹੜਾ ਬੀਜ ਪਾਓਗੇ ਉਹਨੇ ਉਹੀ ਪ੍ਰਫੁੱਲਤ ਕਰ ਦੇਣਾ, ਉਹ ਬੀਜ ਨੂੰ ਪ੍ਰਫੁੱਲਤ ਕਰ ਦੇਣਾ। ਕਰਮ ਭੂਮ ਵੀ ਇਹੀ ਹੈ, ਜਿਹੜਾ ਬੀਜ ਪਾ ਦਿਓਗੇ ਚੰਗਾ ਜਾਂ ਮਾੜਾ ਉਹੀ ਉਪਜ ਪੈਣਾ ਜੀ, ਉਹੀ ਉਪਜ ਪੈਣਾ। ਮਾੜੇ ਬੀਜ ਪਾਈ ਗਏ ਸੰਤ ਭੂਪ ਦਾਸ ਜੀ। ਹੁਣ ਕਰਮ ਧਰਤੀ ਨੇ ਤਾਂ ਵਾਪਸ ਮੋੜਨਾ ਹੀ ਹੈ। ਉਹ ਸਾਖੀ 'ਚ ਲਿਖਿਆ ਗਠੀਏ ਦਾ ਰੋਗ ਲੱਗ ਗਿਆ। ਗਠੀਏ ਵੀ ਸਾਧ ਸੰਗਤ ਬੜੀ ਕਿਸਮ ਦੇ ਹੁੰਦੇ ਨੇ। ਐਸਾ ਗਠੀਆ ਇਹਨੂੰ ਹੋਇਆ, ਐਸਾ ਗਠੀਆ ਕਿ ਮੰਜੇ 'ਤੇ ਪੈ ਗਿਆ, ਹਿਲਿਆ ਨਹੀਂ ਜਾਵੇ। ਹਰ ਅੰਗ ਹਰ ਜੋੜ ਦਰਦ ਕਰੇ, ਹਰ ਜੋੜ ਜਿੱਥੇ ਜੁਆਇੰਟ ਹੈ ਨਾ, ਹਰ ਜੋੜ ਦਰਦ, ਕੁਰਲਾਟ ਮਚੀ। ਕਈ ਸਾਲ ਇਹਨੇ ਇਲਾਜ ਕਰਾਇਆ, ਨਹੀਂ ਫਰਕ ਪਿਆ। ਕਰਮਾਂ ਦੇ ਭੋਗ ਨੇ ਭੋਗਣੇ ਤਾਂ ਪੈਣੇ। ਹੁਣ ਸੋਚਣ ਲੱਗਾ ਕੀ ਕਰ, ਕੌਣ ਬਖਸ਼ਾਏਗਾ, ਕੌਣ ਬਖਸ਼ਾਏਗਾ। ਝਾਤ ਮਾਰੀ, ਜਦੋਂ ਝਾਤ ਮਾਰੀ ਤੇ ਇੱਕੋ ਇੱਕ ਸ਼ਖਸੀਅਤ ਸਾਹਮਣੇ ਆ ਰਹੀ ਹੈ, ਇੱਕੋ ਇੱਕ ਸ਼ਖਸੀਅਤ, ਉਹ ਸਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ। ਆਖੋ ਸਤਨਾਮ। ਧੰਨ ਬਾਬਾ ਆਨੰਦ ਸਿੰਘ ਜੀ, ਅੱਖਾਂ ਦੇ ਸਾਹਮਣੇ ਉਹਨਾਂ ਦਾ ਹੀ ਝੋਲਾ ਆ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੱਗੇ ਅਰਦਾਸ ਕਰ ਦਿੱਤੀ ਸੰਤ ਭੂਪ ਦਾਸ ਨੇ। ਕਹਿੰਦੇ ਮਹਾਰਾਜ ਸੁਣਿਆ ਤੇਰੇ ਨਾਲ ਅਭੇਦ ਨੇ। ਬੜੇ ਧਿਆਨ ਨਾਲ ਸੁਣਿਓ ਸੰਗਤ ਜੀ। ਕਹਿੰਦੇ ਸੁਣਿਆ ਮਹਾਰਾਜ ਤੇਰੇ ਨਾਲ ਅਭੇਦ ਨੇ, ਜੇ ਤੇਰੇ ਨਾਲ ਅਭੇਦ ਨੇ ਉਹ ਸੁਨੇਹਾ ਦੇ ਦਿਓ ਉਹਨਾਂ ਨੂੰ, ਮੈਨੂੰ ਆ ਕੇ ਦਰਸ਼ਨ ਦੇਣ। ਆਖੋ ਸਤਨਾਮ। ਮੈਨੂੰ ਆ ਕੇ ਦਰਸ਼ਨ ਦੇਣ, ਮੇਰੇ ਬੰਧਨ ਕੱਟਣ ਸੱਚੇ ਪਾਤਸ਼ਾਹ। ਮੈਨੂੰ ਪਤਾ ਕਿਸੇ ਰੰਗੇ ਦੇ ਰਾਹੀਂ ਤੂੰ ਕਿਰਪਾ ਕਰੇਗਾ, ਕਿਸੇ ਬਖਸ਼ੇ ਦੇ ਰਾਹੀਂ ਤੂੰ ਕਿਰਪਾ ਕਰੇਗਾ, ਤੇ ਉਹਨਾਂ ਤੋਂ ਉੱਪਰ ਹੁਣ ਇਸ ਵੇਲੇ ਕਿਹੜਾ ਹੋਏਗਾ, ਤੁਸੀਂ ਕਿਰਪਾ ਕਰਵਾ। ਇਹ ਜੋਧੜੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ, ਤੇ ਉੱਧਰ ਬਾਬਾ ਜੀ ਟਹਿਲ ਰਹੇ ਨੇ, ਟਹਿਲ ਰਹੇ, ਟਹਿਲਦੇ ਪਏ ਨਾਨਕ ਸਰ। ਇਤਿਹਾਸ ਦੇ ਵਿੱਚ ਲਿਖਿਆ ਸੂਬੇਦਾਰ ਗੁਰਬਖਸ਼ ਸਿੰਘ ਜੀ, ਉਹ ਬੜੀ ਗੱਡੀ ਲੈ ਕੇ ਆ ਗਏ, ਕੋਈ ਕੰਮ ਸੀ ਉਹਨਾਂ ਨੂੰ, ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸੂਬੇਦਾਰ ਆ ਬਾਈ ਤੈਨੂੰ ਹੀ ਉਡੀਕਦੇ ਸਾਂ। ਆਖੋ ਸਤਨਾਮ। ਆ ਤੈਨੂੰ ਉਡੀਕਦੇ ਸਾਂ ਜੀ ਮਹਾਰਾਜ, ਹੁਕਮ। ਕਹਿੰਦੇ ਗੱਡੀ ਲਿਆਇਆ ਜੀ ਮਹਾਰਾਜ, ਚੱਲ ਫਿਰ ਕੁਕਰੀ ਪਿੰਡ ਚੱਲੀਏ ਜੀ ਸੱਤ ਬਚਨ। ਰਾਗੀਆਂ ਨੂੰ ਇਸ਼ਾਰਾ ਕੀਤਾ, ਕਹਿੰਦੇ ਬਾਈ ਤੁਸੀਂ ਵੀ ਬੈਠ ਜਾਓ। ਰਾਗੀਆਂ ਨੂੰ ਵੀ ਲਿਆ, ਕੀਰਤਨੀਏ ਨਾਲ ਲਏ, ਗੱਡੀ 'ਚ ਸਵਾਰ ਹੋਏ ਤੇ ਕੁਕਰੀ ਪਿੰਡ ਦੇ ਬਾਹਰ ਜਾ ਕੇ ਬਹਿ ਗਏ। ਤੇ ਮਹਾਂਪੁਰ ਕਹਿੰਦੇ ਇੱਥੇ ਹੁਣ ਕੀਰਤਨ ਦੀ ਸ਼ਹਿਬਰ ਲਾ ਦਿਓ, ਦੀਵਾਨ ਸਜਾਓ, ਕੀਰਤਨ ਦੀਆਂ ਝੜੀਆਂ ਲਾਓ। ਥੋੜ੍ਹੀ ਦੇਰ ਬਾਅਦ ਸੂਬੇਦਾਰ ਜੀ ਨੂੰ ਕਹਿਣ ਲੱਗੇ, ਕਹਿੰਦੇ ਸੂਬੇਦਾਰ ਪਿੰਡ ਦੇ ਵਿੱਚ ਸੰਤ ਭੂਪ ਦਾਸ ਨਾਮ ਦਾ ਵਿਅਕਤੀ ਰਹਿੰਦੇ, ਜਾ ਉਹਨੂੰ ਕਹਿ ਅਸੀਂ ਯਾਦ ਕੀਤਾ, ਉਹਨੂੰ ਕਹਿ ਅਸੀਂ ਯਾਦ ਕੀਤਾ। ਕਹਿੰਦੇ ਜੀ ਮਾਰ ਸੱਤ ਵਜੇ। ਉਹ ਸੂਬੇਦਾਰ ਜੀ ਚਲੇ ਗਏ ਗੱਡੀ ਲੈ ਕੇ, ਗੱਡੀ ਲੈ ਕੇ ਜਦੋਂ ਪਹੁੰਚੇ, ਪੁੱਛਦਿਆਂ ਪੁਛਾਉਂਦਿਆਂ ਸੰਤ ਭੂਪ ਦਾਸ ਜੀ ਨੂੰ ਮਿਲੇ। ਕਹਿੰਦੇ ਜੀ ਆਪ ਜੀ, ਸੰਤ ਭੂਪ ਦਾਸ ਕਹਿੰਦੇ ਜੀ ਮਹਾਰਾਜ ਦੱਸੋ। ਕਹਿੰਦੇ ਬਾਬਾ ਆਨੰਦ ਸਿੰਘ ਜੀ ਪਿੰਡ ਦੇ ਬਾਹਰ ਆਏ ਹੋਏ ਨੇ ਤੇ ਉਹਨਾਂ ਨੇ ਆਪ ਜੀਆਂ ਨੂੰ ਯਾਦ ਕੀਤਾ।
ਜਦੋਂ ਕਿਹਾ ਨਾ ਉਹਨਾਂ ਨੇ ਆਪ ਜੀਆਂ ਨੂੰ ਯਾਦ ਕੀਤਾ, ਓਏ ਹੋਏ ਨੇਤਰ ਭਰ ਗਏ ਸਾਸ, ਕਹਿੰਦੇ ਆਪ ਆਏ ਨੇ? ਕਹਿੰਦੇ ਜੀ ਆਏ ਨੇ। ਆਪ ਸੁਨੇਹਾ ਘੱਲਿਆ ਮੇਰੇ ਨਾਮ ਦਾ? ਕਹਿੰਦੇ ਜੀ ਤੁਹਾਡੇ ਨਾਮ ਦਾ ਸੁਨੇਹਾ ਘੱਲਿਆ। ਕਹਿੰਦੇ ਪਰ ਮੈਂ ਮਜਬੂਰ ਹਾਂ, ਮੈਂ ਹਿੱਲ ਨਹੀਂ ਸਕਦਾ, ਮੈਂ ਚੱਲ ਨਹੀਂ ਸਕਦਾ, ਮੈਂ ਕੀ ਕਰਾਂ? ਕਹਿੰਦੇ ਤਾਂ ਹੀ ਤਾਂ ਗੱਡੀ ਨਾਲ ਭੇਜੀ ਹੈ, ਕਿਹਾ ਕਿ ਗੱਡੀ 'ਚ ਬਾ ਕੇ ਲੈ ਕੇ ਆਉਣਾ। ਆਖੋ ਸਤਨਾਮ, ਗੱਡੀ 'ਚ ਲੈ ਕੇ ਆਉਣਾ ਉਹਨੂੰ, ਉਹ ਆ ਨਹੀਂ ਸਕਦਾ। ਕਹਿੰਦੇ ਮਹਾਰਾਜ ਸਤਿ, ਔਖੇ ਸੌਖੇ ਸਾਧ ਸੰਗਤ ਸੰਤ ਭੂਪ ਦਾਸ ਨੂੰ ਬਿਠਾਇਆ ਅਤੇ ਲੈ ਗਏ। ਦੀਵਾਨ ਸਜਿਆ ਹੋਇਆ, ਕੀਰਤਨ ਚੱਲ ਰਿਹਾ, ਗੱਡੀ ਤੋਂ ਉਤਾਰਿਆ ਸੰਤ ਭੂਪ ਦਾਸ ਜੀ ਅਤੇ ਲਿਆ ਕੇ ਸੰਗਤ 'ਚ ਬਿਠਾ ਦਿੱਤਾ। ਕੀਰਤਨ ਦੇ ਪ੍ਰਮਾਣ ਚੱਲ ਰਹੇ ਨੇ, ਕਰਮ ਭੂਮੈ ਬੋਵੋ ਨਾਮ, ਪੂਰਨ ਹੋਏ ਤੁਮਹਾਰਾ ਕਾਮ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋ। ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ, ਸਾਧ ਸੰਗਤ ਹੁਣ ਧਿਆਨ ਨਾਲ ਸੁਣਿਓ, ਕੀਰਤਨ ਦੀ ਸਮਾਪਤੀ ਹੋਈ, ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤੇ। ਜਦੋਂ ਕਿਸੇ ਨੂੰ ਗਿਆਨ ਦੇਣਾ ਹੁੰਦਾ ਸੀ ਉਦੋਂ ਗੁਰੂ ਸਿੱਖਿਆ ਸਾਂਝ ਪਾਉਂਦੇ ਸਨ। ਨਾਮ ਦੀ ਮਹਿਮਾ ਦੇ ਉੱਪਰ, ਜੀਵਨ ਦੇ ਉੱਪਰ ਮਹਾਂਪੁਰਖਾਂ ਨੇ ਬਚਨ ਆਰੰਭ ਕਰ ਦਿੱਤੇ। ਕਹਿੰਦੇ ਨਾਮ ਤੋਂ ਬਿਨਾਂ ਰੋਂਦੇ ਜਾਓਗੇ, ਨਾਮ ਤੋਂ ਬਿਨਾਂ ਰੋਂਦੇ ਜਾਓਗੇ। ਔਰ ਜਿਨ੍ਹਾਂ ਨੇ ਨਾਮ ਕਮਾਇਆ, ਜੀਵਨ ਕਮਾਇਆ, ਗੁਰੂ ਦੀ ਸਿੱਖਿਆ ਕਮਾਈ, ਕਹਿੰਦੇ ਭਾਵੇਂ ਆਰੇ ਨਾਲ ਚੀਰੇ ਗਏ, ਕਹਿੰਦੇ ਉਹ ਤਾਂ ਵੀ ਨਹੀਂ ਰੋਏ। ਆਖੋ ਸਤਨਾਮ, ਉਹ ਤਾਂ ਵੀ ਨਹੀਂ ਰੋਏ। ਉਬਾਲੇ ਗਏ, ਖੋਪੜੀਆਂ ਲੱਥ ਗਈਆਂ, ਤਾਂ ਵੀ ਨਹੀਂ ਰੋਏ। ਕਿਉਂ? ਅੰਦਰ ਨਾਮ ਦਾ ਸੰਚਾਰ ਚੱਲਦਾ ਸੀ, ਗੁਰੂ ਨੂੰ ਕਮਾਇਆ ਸੀ, ਗੁਰੂ ਦੀ ਸਿੱਖਿਆ ਦੇ ਧਾਰਨੀ ਸਨ। ਸਿੱਖਿਆ ਜਦੋਂ ਗੁਰੂ ਦੇ ਸਿੱਖਿਆ ਦੇ ਧਾਰਨੀ ਸਨ, ਜਦੋਂ ਬਾਬਾ ਜੀ ਬਚਨ ਸੁਣਾ ਰਹੇ ਸਨ, ਭੂਪ ਦਾਸ ਜੀ ਨੂੰ ਆਪਣੇ ਅੰਦਰ ਦੇ ਸਾਰੇ ਚੋਰ ਉਹ ਨਜ਼ਰ ਆ ਰਹੇ ਨੇ, ਸਾਰੇ ਔਗੁਣ ਨਜ਼ਰ ਆ ਰਹੇ ਨੇ। ਹੁਣ ਰਿਹਾ ਨਹੀਂ ਗਿਆ ਸਾਧ ਸੰਗਤ ਸਿੱਧਾ ਮਹਾਂਪੁਰਖਾਂ ਦੇ ਚਰਨਾਂ 'ਚ ਜਾ ਡਿੱਗੇ। ਕਹਿੰਦੇ ਮਹਾਰਾਜ ਤੁਸੀਂ ਮਿਲੇ ਹੋਏ, ਤੁਸੀਂ ਕਮਾਏ ਗੁਰੂ ਦੇ ਬਚਨ, ਤੁਸੀਂ ਗੁਰੂ ਨਾਨਕ ਨੂੰ ਕਮਾਇਆ, ਤੁਸੀਂ ਬਖਸ਼ੇ ਹੋਏ ਹੋ, ਤੁਸੀਂ ਬਖਸ਼ਾ ਸਕਦੇ ਹੋ, ਆ ਕਿਰਪਾ ਕਰੋ ਮੈਨੂੰ ਬਖਸ਼ਾ ਦਿਓ, ਤੁਸੀਂ ਮਹਾਂਪੁਰਖ ਹੋ, ਤੁਸੀਂ ਸੰਤ। ਜਦੋਂ ਇੰਨੀ ਗੱਲ ਕਹੀ ਨਾ, ਤੁਸੀਂ ਮਹਾਂਪੁਰਖ ਹੋ, ਤੁਸੀਂ ਸੰਤ ਹੋ, ਕਹਿੰਦੇ ਭੂਪ ਦਾਸ ਸਾਵਧਾਨ ਹੋ। ਕਹਿੰਦੇ ਮੈਂ ਕੋਈ ਸੰਤ ਨਹੀਂ, ਉਹ ਮੈਂ ਕੋਈ ਮਹਾਂਪੁਰਖ ਨਹੀਂ, ਮੈਂ ਤਾਂ ਇੱਕ ਸਿੱਖ ਹਾਂ, ਉਹ ਹਾਲੇ ਸਿੱਖ ਵੀ ਨਹੀਂ ਬਣਿਆ, ਮੈਂ ਤਾਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਆਖੋ ਸਤਨਾਮ, ਮੈਂ ਤਾਂ ਸਿੱਖ ਹਾਲੇ ਸਿੱਖਦਾ ਪਿਆ, ਅਖੀਰਲੇ ਸਵਾਸਾਂ ਤੱਕ ਸਿੱਖਦੇ ਜਾਣਾ। ਕਹਿੰਦੇ ਬਸ ਮਹਾਰਾਜ, ਮੈਂ ਇਹੀ ਪੜ੍ਹਾਈ ਤਾਂ ਨਹੀਂ ਸਿੱਖ ਸਕਿਆ, ਇਹੀ ਪੜ੍ਹਾਈ ਨਹੀਂ ਸਿੱਖ ਸਕਿਆ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭੂਪ ਦਾਸ, ਸੰਗਤ ਨੇ ਵਿਸ਼ਵਾਸ ਕੀਤਾ ਤੇਰੇ 'ਤੇ, ਅਕੀਦਾ ਕੀਤਾ, ਤੈਨੂੰ ਪਦਾਰਥਾਂ ਦੇ ਨਾਲ ਤੋਲ ਦਿੱਤਾ। ਉਹ ਚਾਹੀਦਾ ਤਾਂ ਇਹ ਸੀ, ਸੰਗਤ ਦੀ ਵਸਤੂ ਸੰਗਤ 'ਚ ਹੀ ਲਾ ਦਿੰਦਾ,
ਸੰਗਤ ਦੀ ਵਸਤੂ ਸੰਗਤ ਦਾ ਧਨ ਸੰਗਤ ਦੇ ਹਿੱਤ ਹੀ ਲਾ ਦਿੰਦਾ, ਪਰ ਇਹ ਕੀ ਕੀਤਾ ਜੀ, ਖਾ ਖਾ ਕੇ ਆ ਜਨਮ ਭ੍ਰਿਸ਼ਟ ਕਰ ਲਈ, ਆ ਜਨਮ ਭ੍ਰਿਸ਼ਟ ਕਰ ਲਈ। ਕਹਿੰਦੇ ਵੇਖੋ ਸਜਣਾ, ਦੱਤੈ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ। ਫਿਰ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਕਿਹਨੂੰ ਦੋਸ਼ ਦੇਗਾ, ਇਹ ਸਾਰਾ ਤੇਰਾ ਆਪਣਾ ਬੀਜਿਆ ਹੋਇਆ, ਤੇਰਾ ਆਪਣਾ ਬੀਜਿਆ। ਕਹਿੰਦਾ ਮਹਾਰਾਜ ਗਲਤੀ ਹੋ ਗਈ, ਗਲਤੀ ਹੋ ਗਈ, ਹੁਣ ਕਿਰਪਾ ਕਰੋ, ਹੁਣ ਬਖਸ਼ਿਸ਼ ਕਰੋ। ਇੱਕ ਤਾਂ ਦੇਹੀ ਅਰੋਗ ਕਰੋ, ਇੱਕ ਅੱਗੇ ਜਿਹੜਾ ਜੀਵਨ ਰਹਿ ਗਿਆ ਉਹ ਗੁਰੂ ਸਿੱਖਿਆ ਦੇ ਕੇ, ਗੁਰੂ ਦੀ ਸਿੱਖਿਆ ਦੇ ਕੇ ਮੇਰਾ ਵੀ ਜੀਵਨ ਸਵਾਰ ਦਿਓ, ਨਿਖਾਰ ਦਿਓ, ਉਸ ਸਿੱਖਿਆ 'ਤੇ ਮੈਂ ਵੀ ਚੱਲ ਸਕਾਂ। ਫਿਰ ਬਾਬਾ ਆਨੰਦ ਸਿੰਘ ਜੀ ਨੇ ਗਿਆਨ ਦਿੱਤਾ, ਕਹਿੰਦੇ ਜੇ ਭੂਪ ਦਾ ਸੰਗਤ ਮਾਣ ਦੇਵੇ ਨਾ, ਆ ਸੰਗਤ ਜੀ ਚਾਤੀ ਮਾਰਿਓ। ਇਹ ਬਚਨ ਜਦੋਂ ਮੈਂ ਪੜ੍ਹਦਾ ਪਿਆ ਸੀ, ਮੈਂ ਆਪਣੇ ਅੰਦਰ ਵੀ ਝਾਤ ਮਾਰ ਰਿਹਾ ਸੀ, ਮੈਨੂੰ ਵੀ ਸੜਕ ਮਿਲ ਰਹੀ ਸੀ, ਸੜਕ ਜਿਵੇਂ ਇੱਦਾਂ ਲੱਗ ਰਿਹਾ ਸੀ ਬਾਬਾ ਆਨੰਦ ਸਿੰਘ ਜੀ ਭੂਪ ਦਾਸ ਨੂੰ ਨਹੀਂ ਉਹ ਮੈਨੂੰ ਹੀ ਸਿੱਖਿਆ ਦੇ ਰਹੇ ਹੋਣ, ਮੈਨੂੰ ਹੀ, ਮੈਨੂੰ ਗਿਆਨ ਦੇ ਰਹੇ ਹੋਣ। ਕਹਿੰਦੇ ਭੂਪ ਦਾਸ ਜੇ ਸੰਗਤ ਮਾਣ ਦੇਵੇ, ਕਹਿੰਦੇ ਸੰਗਤ ਨੇ ਤਾਂ ਦੇਣਾ, ਜੇ ਤੇਰੇ ਕੋਲ ਗੁਣ ਹੈ ਉਹ ਰਾਗ ਵਿਦਿਆ ਤੇਰੇ ਕੋਲ, ਬਾਣੀ ਦੀ ਸ਼ੁੱਧਤਾ ਤੇਰੇ ਕੋਲ, ਬਾਣੀ ਦੇ ਅਰਥ ਤੂੰ ਐਡੇ ਸੋਹਣੇ ਕਰ ਲੈਂਦਾ, ਸੰਥਿਆ ਤੂੰ ਕਰਵਾਉਂਦਾ, ਸੰਗਤ ਨੇ ਤਾਂ ਮਾਣ ਦੇਣਾ। ਪਰ ਵੇਖੀ ਓਏ, ਕੁੱਤੇ ਨੂੰ ਘਿਓ ਨਹੀਂ ਪਚਦਾ, ਆਖੋ ਸਤਨਾਮ, ਸਿੱਖ ਨੂੰ ਮਾਣ ਨਹੀਂ ਪਚਦਾ। ਜਿੰਨਾ ਮਾਣ ਮਿਲੇ ਸੀਸ ਨਿਵਾ ਕੇ ਗੁਰੂ ਨਾਨਕ ਨੂੰ ਕਹਿ ਦਿਆ ਕਰ, ਤੇਰੇ ਸਦਕਾ, ਤੇਰੇ ਸਦਕਾ। ਜੇ ਤੇਰੀ ਸਿੱਖਿਆ ਮੇਰੇ ਕੋਲ ਨਾ ਹੋਵੇ, ਜੇ ਤੇਰੀ ਬਾਣੀ ਨਾ ਹੋਵੇ, ਜੇ ਤੇਰੀ ਬਖਸ਼ਿਸ਼ ਨਾ ਹੋਵੇ, ਉਹ ਮੈਨੂੰ ਕੌਣ ਪੁੱਛੇਗਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ। ਕਹਿੰਦੇ ਜੇ ਮਾੜਾ ਜਿਹਾ ਵੀ ਗੁਣ ਆ ਜਾਵੇ ਔਰ ਚਾਰ ਬੰਦੇ ਸਿਫਤਾਂ ਕਰਨ, ਸੰਤ ਭੂਪ ਦਾਸ ਕਹਿੰਦੇ ਜਿੱਦਾਂ ਜਿੱਦਾਂ ਸਿਫਤਾਂ ਹੋਣ ਮਨ ਨੀਵਾਂ ਜਾਵੇ, ਨੀਵਾਂ। ਪਰ ਹੁੰਦਾ ਇਸ ਤੋਂ ਉਲਟ ਹੈ, ਜਿੱਦਾਂ ਜਿੱਦਾਂ ਸਿਫਤਾਂ ਹੁੰਦੀਆਂ ਨੇ ਮਨ ਹੋਰ ਚੌੜਾ ਹੋਈ ਜਾਂਦਾ, ਹੋਰ ਸਾਧ ਸੰਗਤ ਹੋਮੇ ਦੇ 'ਚ ਭਰਦਾ ਜਾਂਦਾ, ਗੁਬਾਰਾ ਬਣਦਾ ਜਾਂਦਾ, ਫੁੱਲਦਾ ਜਾਂਦਾ। ਬਸ ਫਿਰ ਉਹ ਜੀਆਂ ਕਰਨੀਆਂ ਕਰ ਬੈਠਦਾ ਜਿਹਦੇ ਕਰਕੇ ਮਾਰਾਂ ਹੀ ਪੈਂਦੀ, ਮਾਰਾਂ ਹੀ ਪੈਂਦੀ ਜੀ। ਮਹਾਰਾਜ ਗਲਤੀ ਹੋ, ਹੁਣ ਕਿਰਪਾ ਕਰੋ, ਬਖਸ਼ਾ ਦੇ। ਓਏ ਮੈਂ ਕੌਣ ਹੁੰਦਾ ਬਖਸ਼ਾਉਣ ਵਾਲਾ, ਆਹ ਗੁਰੂ ਕੀ ਸੰਗਤ ਬੈਠੀ ਹੈ, ਗੁਰੂ ਕੀ ਸੰਗਤ ਤੈਨੂੰ ਬਖਸ਼ੇਗੀ, ਗੁਰੂ ਕੀ ਸੰਗਤ ਤੈਨੂੰ ਬਖਸ਼ੇਗੀ ਭੂਪ ਦਾਸ। ਤੇ ਇਸ਼ਾਰਾ ਕੀਤਾ ਸੰਗਤ ਵੱਲ, ਕਹਿੰਦੇ ਸੰਗਤ ਜੀ ਇਹ ਆਪਣੇ ਕਰਮਾਂ ਦਾ ਮਾਰਿਆ, ਤੁਸੀਂ ਚਾਹੋ ਬਖਸ਼ ਸਕਦੇ ਹੋ, ਉਹ ਤੁਸੀਂ ਤਾਂ ਕੋੜੀਆਂ ਦੇ ਕੋੜ ਦੂਰ ਕਰ ਦਿਓ, ਇਹ ਤਾਂ ਕੁਝ ਵੀ ਨਹੀਂ, ਇਹ ਤਾਂ ਗਠੀਆ ਦਾ ਮਾਰਿਆ ਹੈ। ਆਓ ਸੰਗਤ ਜੀ ਗੁਰੂ ਅੱਗੇ ਕਰੀਏ ਅਰਦਾਸ ਇਹਦੀ। ਕਹਿੰਦੇ ਭੂਪ ਦਾਸ ਉੱਚੀ ਉੱਚੀ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੋ। ਸਾਰੀ ਸੰਗਤ ਨੂੰ ਇਸ਼ਾਰਾ ਕੀਤਾ, ਕਹਿੰਦੇ ਵਾਹਿਗੁਰੂ ਸਿਮਰਨ ਸ਼ੁਰੂ ਕਰ ਦਿਓ। ਸਾਰਾ ਆਲਮ ਸਾਧ ਸੰਗਤ
ਵਾਹਿਗੁਰੂ ਸਿਮਰਨ ਦੇ ਨਾਲ ਉਹ ਆਲਮ ਗੂੰਜ ਪਿਆ। ਕਿਹੋ ਜਿਹਾ ਗੂੰਜਿਆ? ਉਪਦਾਸ ਬਖਸ਼ਾਂਦਾ ਜਾ ਰਿਹਾ ਵਾਹਿਗੁਰੂ ਬੋਲ ਕੇ, ਆਓ ਅਸੀਂ ਵੀ ਆਪਣੇ ਔਗੁਣ ਬਖਸ਼ਾ ਲਈਏ। ਸੰਗਤ ਜੀ ਆਓ ਵਾਹਿਗੁਰੂ ਬੋਲ ਕੇ ਅਸੀਂ ਵੀ ਨਿਰਮਲ ਹੋ ਜਾਈਏ। ਸੰਗਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਉੱਚੀ ਉੱਚੀ। ਬਾਬਾ ਜੀ ਨੇ ਕਿਹਾ ਭੂਪ ਦਾਸ ਤੂੰ ਵੀ ਉੱਚੀ ਬੋਲ, ਉੱਚੀ ਉੱਚੀ ਉਹ ਵੀ ਵਾਹਿਗੁਰੂ ਵਾਹਿਗੁਰੂ ਬੋਲ ਰਹੇ। ਇਹ ਬਖਸ਼ਾਣ ਦਾ ਤਰੀਕਾ ਹੈ, ਬਖਸ਼ਾਣ ਦਾ। ਜਿਉਂ ਜਿਉਂ ਉੱਚੀ ਉੱਚੀ ਭੂਪ ਦਾਸ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਸਤ ਸੰਗਤ, ਤਿਉਂ ਤਿਉਂ ਸਰੀਰ ਚੋਂ ਦਰਦ ਵਰ ਜਾ ਰਿਹਾ। ਕੋ ਸਤਨਾਮ ਸੰਗਤ ਦਾ ਪ੍ਰਤਾਪ, ਇਹ ਵਾਹਿਗੁਰੂ ਸ਼ਬਦ ਦਾ ਪ੍ਰਤਾਪ, ਇਹ ਮਹਾਂਪੁਰਖਾਂ ਦੀਆਂ ਕਮਾਈਆਂ। ਜਦੋਂ ਸਿਮਰਨ ਸਮਾਪਤ ਹੋਇਆ ਕਹਿੰਦੇ ਭੂਪ ਦਾਸ ਹੁਣ ਦੱਸ, ਜਿਹਨੂੰ ਚੁੱਕ ਕੇ ਲਿਆਏ ਸੀ ਸਾਧ ਸੰਗਤ ਆਪਣੇ ਪੈਰਾਂ ਤੇ ਖੜਾ ਹੋ ਗਿਆ। ਕੋ ਸਤਨਾਮ। ਆਪਣੇ ਪੈਰਾਂ 'ਤੇ ਖੜਾ ਹੋ ਗਿਆ, ਪੈਰ ਹਿਲਾਉਂਦਾ, ਗੋਡਾ ਹਿਲਾਉਂਦਾ, ਹੱਥ ਹਿਲਾਉਂਦਾ, ਬਸ ਇੰਨਾ ਸਾਧ ਸੰਗਤ ਹੋਣ ਦੀ ਦੇਰ ਸੀ। ਭੁੱਬਾਂ ਨਿਕਲ ਆਈਆਂ, ਭੁੱਬਾਂ ਨਿਕਲ ਆਈਆਂ, ਡਿੱਗਣ ਲੱਗਾ ਚਰਨਾਂ ਦੇ। ਮਹਾਂਪੁਰਖਾਂ ਨੇ ਰੋਕ ਲਿਆ, ਕਹਿੰਦੇ ਓਏ ਡਿੱਗਣਾ ਹੀ ਗੁਰੂ ਚਰਨਾਂ 'ਚ ਡਿੱਗ। ਆਖੋ ਸਤਨਾਮ। ਗੁਰੂ ਚਰਨਾਂ 'ਚ ਡਿੱਗ। ਸੰਤ ਭੂਪ ਦਾਸ ਹੁਣ ਕਮਾਈਆਂ ਕਰ, ਹੁਣ ਕਮਾਈਆਂ ਕਰ। ਜਿਸ ਵਾਹਿਗੁਰੂ ਸ਼ਬਦ ਨੇ ਤੈਨੂੰ ਦੇ ਅਰੋਗਤਾ ਦਿੱਤੀ ਹੈ, ਹੁਣ ਵਾਹਿਗੁਰੂ ਸ਼ਬਦ ਦਾ ਲੜਨਾ ਛੱਡੀ, ਹੁਣ ਸੰਗਤ ਦਾ ਲੜਨਾ ਛੱਡੀ, ਹੁਣ ਕਮਾਈਆਂ ਦਾ ਲੜਨਾ ਛੱਡੀ, ਹੁਣ ਸਾਧ ਸੰਗਤ ਸਿੱਖਿਆਵਾਂ ਦਿੱਤੀਆਂ ਕਿ ਸੰਤ ਦਾ ਚੋਲਾ ਪਾਇਆ ਹੀ। ਉਹ ਸੰਤ ਤਾਂ ਬਹੁਤ ਉੱਚੀ ਅਵਸਥਾ ਹੈ, ਬਹੁਤ ਉੱਚੀ। ਕਹਿੰਦੇ ਸਿੱਖ ਬਣ ਕੇ ਜੀਣਾ, ਸਿੱਖ ਸਿੱਖ ਬਣ ਕੇ ਹੋ ਹੋ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਸਾਹਿਬ ਕਹਿੰਦੇ ਨੇ ਆ ਜਿਹੜਾ ਰੇਨਕਾ ਬਣ ਕੇ ਮੇਰੇ ਕੋਲ ਆਏਗਾ ਸਾਰਾ ਕੁਝ ਮੈਂ ਦੇ ਦਿਆਂਗਾ ਉਹਨੂੰ। ਆਖੋ ਸਤਨਾਮ। ਕਹਿੰਦੇ ਸੰਤ ਭੂਪ ਦਾਸ
ਜਿੱਥੇ ਤੱਕ ਮਰਜ਼ੀ ਤੇਰੀ ਕਮਾਈ ਵੱਧ ਜਾਵੇ, ਉਹ ਵੇਖੀ ਓਏ, ਜਿੱਥੇ ਤੱਕ ਮਰਜ਼ੀ ਤੇਰੀ ਕਮਾਈ ਵੱਧ ਜਾਵੇ, ਪਰ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹੀਂ, ਧੂੜੀ ਬਣ ਕੇ ਰਹੀਂ, ਸਿੱਖਿਆਵਾਂ ਦਿੱਤੀਆਂ, ਰਾਹ ਦੱਸੇ, ਗਾਢੀ ਰਾਹ ਦੱਸੇ ਸਤਸੰਗਤ, ਜਿਹੜੇ ਰਾਹ 'ਤੇ ਚੱਲ ਕੇ ਗੁਰੂ ਨੂੰ ਕਮਾ ਸਕੇ ਭੂਪ ਦਾਸ। ਆਖੋ ਸਤਨਾਮ। ਜਦੋਂ ਗਿਆ ਨਾ ਸਥਾਨ 'ਤੇ ਜਾ ਕੇ ਆਪਣੇ ਸੇਵਕਾਂ ਨੂੰ ਕਹਿਣ ਲੱਗਾ, ਕਹਿੰਦਾ ਅੱਜ ਸਵਾਦ ਆ ਗਿਆ, ਅੱਜ ਸਵਾਦ ਆ ਗਿਆ ਪੂਰੇ ਦੀ ਸੰਗਤ ਕਰਕੇ, ਸਵਾਦ ਆ ਗਿਆ ਇੱਕ ਰੰਗੇ ਦੀ ਸੰਗਤ ਕਰਕੇ, ਪਤਾ ਲੱਗ ਗਿਆ ਜੀਵਨ ਨੂੰ ਕਮਾਉਣਾ ਕਿਵੇਂ ਹੈ, ਪਤਾ ਲੱਗ ਗਿਆ ਗੁਰੂ ਨੂੰ ਕਮਾਉਣਾ ਕਿਵੇਂ ਹੈ। ਆਖੋ ਸਤਨਾਮ। ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ। ਜਾਂ ਕੀ ਉਹ ਟਿਕ ਗਈ ਸੁਖ ਪਾਇਆ, ਜਾਂ ਕੀ ਓਟ ਗਈ ਸੁਖ ਪਾਇਆ, ਉਹ ਮਾਨੋ ਭੂਪ ਦਾਸ ਕਹਿੰਦਾ ਹੋਵੇ, ਭੂਪ ਦਾਸ ਇਹ ਕਹਿੰਦਾ ਹੋਵੇ, ਜਾਂ ਕੀ ਓਟ ਗਈ ਸੁਖ ਪਾਇਆ, ਬੋਲੋ ਬੋਲੋ, ਜਾਂ ਕੀ ਓਟ ਗਈ ਸੁਖ ਪਾਇਆ, ਰਾਖ ਕਿਰਪਾ ਤਾਰੀ, ਰਾਖ ਕਿਰਪਾ, ਫਿਰ ਕਵਾਂਗੇ ਨਾ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ, ਇਹੋ ਮਨ ਸੰਤਨ ਕਹਿ ਬਲਹਾਰੀ, ਇਹੋ ਮਨ ਸੰਤਨ ਕਹਿ। ਹੋ ਸਦਕੇ ਹੋ ਸਦਕੇ, ਹੋ ਸਦਕੇ ਤੇ ਨਾ ਗੁਰ ਸਿੱਖਾਂ, ਹੋ ਸਦਕੇ ਹੋ ਸਦਕੇ, ਹੋ ਸਦਕੇ ਤੇ ਨਾ ਗੁਰ ਸਿੱਖਾਂ, ਹੋ ਸਦਕੇ ਹੋ ਸਦਕੇ, ਹੋ ਸਦਕੇ ਤੇ ਨਾ ਗੁਰ ਸਿੱਖਾਂ। ਗੁਰਸਿੱਖ ਦੇ ਗੁਰਸਿੱਖ ਮਿਲਾਇਆ, 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 ਆ ਸਦਕੇ ਆ ਸਦਕੇ, ਆ ਸਦਕੇ ਤੇ ਨਾ ਗੁਰਸਿੱਖਾਂ, ਆ ਸਦਕੇ ਆ ਸਦਕੇ, ਆ ਸਦਕੇ ਤੇ ਨਾ ਗੁਰਸਿੱਖਾਂ, ਆ ਸਦਕੇ ਸਦਕੇ ਤੇ ਨਾ ਗੁਰ ਸਿੱਖਾਂ।
ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਜੀ।